ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅਸੀਂ ਲੈ ਕੇ ਹਾਜ਼ਰ ਹੋ ਗਏ ਜੀ ਖਬਰ ਤੇ ਨਜ਼ਰ ਪ੍ਰੋਗਰਾਮ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨੇ ਨਾਲ ਹੁੰਦੇ ਨੇ ਜੀ ਬਲਤੇਜ ਪੰਨੂ। ਦੱਸਦੇ ਨੇ ਕਿ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਕੀ ਕੁਛ ਹੋ ਰਿਹਾ ਆ, ਉੱਥੇ ਖਬਰਾਂ ਦੇ ਪਿੱਛੇ ਕੀ ਕੀ ਸੱਚਾਈਆਂ ਨੇ, ਉਹ ਸਾਨੂੰ ਇਸ ਤੋਂ ਜਾਣੂ ਕਰਾਉਂਦੇ ਨੇ ਜੀ। ਪੰਜਾਬੀ ਰੇਡੀਓ ਯੂਐਸਏ ਨੂੰ ਤੁਸੀਂ ਸੁਣ ਸਕਦੇ ਆ ਜੀ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ। ਨੈੱਟ 'ਤੇ ਸੁਣ ਲਈ www.punjabiradiousa.com, ਅਤੇ ਜੇ ਤੁਸੀਂ ਉਸਨੂੰ ਅਮੈਰੀਕਾ ਦੇ ਵਿੱਚ ਜਾਂ ਹੋਰ ਕੰਟਰੀਆਂ 'ਤੇ ਜਿਨ੍ਹਾਂ ਦੇ ਨੰਬਰ ਆ ਫੋਨ 'ਤੇ ਸੁਣਨਾ ਆ, ਤਾਂ ਤੁਸੀਂ ਸੁਣ ਸਕਦੇ ਆ ਜੀ। ਅਮੈਰੀਕਾ ਦੇ ਵਿੱਚ ਫੋਨ ਨੰਬਰ ਡਾਇਲ ਕਰਕੇ 832-550-5529-605-475-6868-68। ਜਰਮਨੀ ਲਈ 5118090404-1। ਆਸਟ੍ਰੇਲੀਆ ਲਈ 13007-68-450 ਅਤੇ ਫਰਾਂਸ ਦੇ ਲਈ 33180-14-2595। ਇਹਨਾਂ ਨੰਬਰਾਂ 'ਤੇ ਡਾਇਲ ਕਰਕੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ ਸੁਣ ਸਕਦੇ ਆ ਜੀ, ਰੇਡੀਓ ਸੈੱਟ 'ਤੇ ਸੁਣ ਸਕਦੇ ਆ। ਅੱਜ ਜਿੱਥੇ ਜਿੱਥੇ ਸਾਡੇ ਰੇਡੀਓ ਸੈੱਟ ਚੱਲਦੇ ਆ ਉੱਥੇ ਉੱਥੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ ਰੇਡੀਓ ਸੈੱਟ 'ਤੇ ਸੁਣ ਸਕਦੇ ਆ। ਅਤੇ ਜੀ, ਬਹੁਤ ਦੇਰ ਤੋਂ ਮੰਗ ਸੀਗੇ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਰਹਿੰਦੇ ਆ ਉਹਨਾਂ ਨੂੰ ਕਿਸੇ ਖਬਰ ਦਾ ਨਹੀਂ ਪਤਾ ਲੱਗਦਾ, ਉਹ ਪੰਜਾਬੀ ਰੇਡੀਓ ਨੂੰ ਕਿਸ ਤਰ੍ਹਾਂ ਸੁਣ ਸਕਦੇ ਆ। ਅਤੇ ਜੀ, ਜੋ ਵੀ ਤੁਹਾਡਾ ਉੱਥੇ ਜਾਣਕਾਰ ਆ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਇੰਡੀਆ ਦੇ ਵਿੱਚ ਹੀ ਰਹਿੰਦੇ ਆ, ਭਾਰਤ ਦੇ ਵਿੱਚ ਹੀ ਰਹਿੰਦੇ ਆ, ਕਿ ਉਹਨਾਂ ਨੂੰ ਜ਼ਰੂਰ ਨਾਲ ਜੁੜਿਆ ਜਾਵੇ, ਕਿਉਂਕਿ ਉਹਨਾਂ ਦੇ ਕੋਲ ਕੋਈ ਵੀ ਇਹੋ ਜਿਹਾ ਸਾਧਨ ਨਹੀਂ। ਮੀਡੀਆ ਦਾ ਪਤਾ ਆ ਕਿ ਉੱਥੇ ਮੀਡੀਆ ਜਿਹੜਾ ਉਹ ਕੋਈ ਵੀ ਖਬਰ ਆ ਬਾਹਰ ਨਹੀਂ ਕੱਢਦਾ, ਅਤੇ ਉਹਨਾਂ ਨੂੰ ਤੁਸੀਂ ਦੱਸ ਸਕਦੇ ਆ ਜੀ ਜੇ ਉਹਨਾਂ ਨੇ ਖਬਰਾਂ ਸੁਣਨੀਆਂ ਆ ਜਾਂ ਜਿਹੜਾ ਵੀ ਪ੍ਰੋਗਰਾਮ ਅਸੀਂ ਅਪਲੋਡ ਕਰਾਂਗੇ ਵਟਸਐਪ 'ਤੇ ਉਹ ਸੁਣ ਸਕਦੇ ਆ। ਅਤੇ ਉਹਨਾਂ ਨੂੰ ਤੁਸੀਂ ਦੱਸ ਸਕਦੇ ਆ ਕਿ 4087173222 'ਤੇ ਵਟਸਐਪ 'ਤੇ ਇਸ ਨੰਬਰ ਨੂੰ ਉਹ ਐਡ ਕਰ ਲੈਣ ਅਤੇ ਉਹ ਸਾਨੂੰ ਮੈਸੇਜ ਭੇਜ ਦੇਣ ਅਤੇ ਅਸੀਂ ਉਹਨਾਂ ਨੂੰ ਐਡ ਕਰ ਲਾਂਗੇ, ਅਤੇ ਫਿਰ ਉਹ ਖਬਰਾਂ ਜਾਂ ਹੋਰ ਜਿਹੜੇ ਪ੍ਰੋਗਰਾਮ ਹੁੰਦੇ ਆ ਉਹ ਸੁਣ ਸਕਦੇ ਆ ਜੀ। ਨੰਬਰ ਇੱਕ ਵਾਰੀ ਫਿਰ ਦੱਸਦਾ, 4087173222, 408-717-3222। ਇਹ ਵਟਸਐਪ 'ਤੇ ਐਡ ਕਰਕੇ ਸਾਨੂੰ ਉਹ ਵਟਸਐਪ 'ਤੇ ਤੋਂ ਹੀ ਮੈਸੇਜ ਕਰ ਸਕਦੇ ਆ, ਅਤੇ ਫਿਰ ਉਹ ਸਾਡੇ ਨਾਲ ਖਬਰਾਂ ਜਿਹੜੀਆਂ ਹੁੰਦੀਆਂ ਉਹ ਖਬਰਾਂ ਅਸੀਂ ਉੱਥੇ ਅਪਲੋਡ ਕਰ ਦਾਂਗੇ ਅਤੇ ਉਹ ਸੁਣ ਸਕਦੇ ਆ। ਅਤੇ ਜੀ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਜੀ, ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਖਬਰ 'ਤੇ ਨਜ਼ਰ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500, ਕਰਮਪਾਲ ਸਿੰਘ ਅਤੇ ਜਸਜੀਤ ਕੌਰ, ਹਰਪਾਲ ਸਿੰਘ ਜੀ, ਮੰਜ਼ਲ ਬ੍ਰਦਰਸ, ਦਲੀਪ ਸਿੰਘ ਅਤੇ ਅਵਤਾਰ ਸਿੰਘ, ਰਜਿੰਦਰ ਕੌਰ, ਰਾਜਿੰਦਰ ਕੁਮਾਰ, ਬਲਵਿੰਦਰ ਸਿੰਘ ਭੇਲਾ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਗੱਲਬਾਤ ਕਰਦੇ ਜੀ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਅਤੇ ਜੀ ਬਲਤੇਜ ਪੰਨੂ ਜੀ, ਆਪਾਂ ਸ਼ੁਰੂ ਕਰਦੇ ਹਾਂ ਕਿ ਜਿਹੜੀ ਛੱਤੀਸਗੜ੍ਹ ਦੇ ਵਿੱਚ ਨਕਸਲਵਾਦੀਆਂ ਨੇ ਮੁਕਾਬਲਾ ਕੀਤਾ ਅਤੇ CRPF ਦੇ ਜਵਾਨ ਆ ਕੁਛ ਕੁ ਸ਼ਹੀਦ ਹੋ ਗਏ ਆ, ਅਤੇ ਇਸ ਦੀ ਡਿਟੇਲ। ਇਹ ਐਕਚੁਲੀ ਜਿਹੜਾ ਫਿਰ ਥੋੜਾ ਲੰਬੇ ਸਮੇਂ ਤੋਂ ਬਾਅਦ ਤੁਸੀਂ ਕਹਿ ਲਓ ਕਿ ਬੜਾ ਜਿਹੜਾ ਜੀ ਯੋਜਨਾਬੱਧ ਤਰੀਕੇ ਦੇ ਨਾਲ ਹਮਲਾ ਜਿਹੜਾ ਜੀ ਉਹ ਕੀਤਾ ਗਿਆ ਛੱਤੀਸਗੜ੍ਹ ਦੇ ਵਿੱਚ, ਜਿੱਥੇ ਕਿ ਜਿਹੜਾ ਜੀ 14 ਜਾਣੇ ਜਿਹੜੇ ਨੇ ਜੀ ਉਹ ਸ਼ਹੀਦ ਹੋ ਗਏ ਨੇ CRPF ਦੇ ਇਹ ਸਾਰੇ ਸਨ ਜੀ। 13 ਜਵਾਨ ਇਹਦੇ ਵਿੱਚ ਸਨ, 12 ਮਾਫ਼ ਕਰਨਾ, ਅਤੇ 2 ਆਫਿਸਰ ਜਿਹੜੇ ਇਹਦੇ ਵਿੱਚ ਸ਼ਾਮਿਲ ਸੀਗੇ ਜੀ। ਸੁਕਮਾ ਜ਼ਿਲ੍ਹੇ ਦੇ ਵਿੱਚ ਤਲਾਸ਼ੀ ਮੁਹਿੰਮ ਦੀ ਜਿਹੜੀ ਸਮਾਪਤੀ ਹੋ ਰਹੀ ਸੀ ਉਸ ਮੌਕੇ ਦੇ ਉੱਤੇ ਇਹ ਹਮਲਾ ਹੋਇਆ ਜੀ, ਔਰ ਕੈਂਪ ਦੇ ਵਿੱਚ ਵਾਪਸ ਜਾ ਰਹੇ ਸੀਗੇ ਜਦੋਂ ਹਮਲਾ ਕੀਤਾ ਗਿਆ। ਮਾਓਵਾਦੀਆਂ ਨੇ ਹਮਲੇ ਦੇ ਸਮੇਂ ਪੇਂਡੂ ਜਿਹੜੇ ਸੀ ਉਹਨਾਂ ਨੂੰ ਢਾਲ ਬਣਾਇਆ, ਔਰ ਜਿਹੜਾ ਜੀ ਛੱਤੀਸਗੜ੍ਹ ਪੁਲਿਸ ਦੇ ਜਿਹੜੇ ਆਫਿਸਰਸ ਨੇ ਉਹ ਦੱਸਦੇ ਨੇ ਕਿ ਕੋਈ ਰਾਏਪੁਰ ਤੋਂ ਕਾਫੀ ਦੂਰ, ਤਕਰੀਬਨ 450 ਕਿਲੋਮੀਟਰ ਦੂਰ ਚਿੰਤਾ ਗੁਫਾ ਦੇ ਨੇੜੇ CRPF ਦੇ ਉੱਤੇ ਇਹ ਹਮਲਾ ਜਿਹੜਾ ਜੀ ਉਹ ਕੀਤਾ ਗਿਆ। ਪਹਿਲਾਂ ਵੀ ਜਿਹੜੇ ਨਕਸਲਾਈਟ ਨੇ ਉਹ ਇਸੇ ਤਰੀਕੇ ਦੇ ਯੋਜਨਾਬੱਧ ਹਮਲੇ ਜਿਹੜੇ ਉਹ ਕਰਦੇ ਨੇ। ਪਹਿਲਾਂ ਖਬਰਾਂ ਇਹ ਵੀ ਆਈਆਂ ਸਨ ਕਿ CRPF ਦੀਆਂ ਜਿਹੜੀਆਂ ਦੂਸਰੀਆਂ ਉੱਥੇ ਬਟਾਲੀਅਨਸ ਨੇ ਉਹਨਾਂ ਦੇ ਵਿਚਾਲੇ ਤੇ ਜਿਹੜੇ ਨਕਸਲਾਈਟ ਨੇ ਉਹਨਾਂ ਦੇ ਵਿਚਾਲੇ ਗੋਲੀ ਵੀ ਚੱਲੀ ਆ, ਪਰ ਇਹ ਕੋਈ ਖਬਰ ਨਹੀਂ ਆਈ ਕਿ ਨਕਸਲਾਈਟਾਂ ਦਾ ਵੀ ਇਸ ਦੇ ਵਿੱਚ ਕੋਈ ਨੁਕਸਾਨ ਹੋਇਆ ਜਾਂ ਨਹੀਂ ਜੀ। ਅਤੇ ਜੀ, ਅੱਗੇ ਗੱਲ ਕਰਦੇ ਹਾਂ ਆਪਾਂ ਨੂਰ ਮੈਲੀਏ ਬਾਬੇ ਦੀ, ਜਿਹੜਾ ਕਿ ਸਮਾਧੀ ਦੇ ਵਿੱਚ ਲੀਨ ਆ, ਪਰ ਹਾਈ ਕੋਰਟ ਨੇ ਉਹਨਾਂ ਦੇ ਆਰਡਰ ਕਰ ਦਿੱਤੇ ਕਿ ਇਸ ਦਾ ਹੁਣ ਕੰਮ ਮੁਕਾ ਦਿੱਤਾ ਜਾਵੇ, ਇਸ ਦਾ ਸੰਸਕਾਰ ਕਰ ਦਿੱਤਾ ਜਾਵੇ ਜੀ। ਇਹ ਜਿਹੜਾ
ਲਾਈਟਾਂ ਵਾਲਾ ਬਾਬਾ ਸੀਗਾ ਜੀ, ਉਹਦੀ ਲਾਈਟ ਜਗਾਉਣ ਦੇ ਹੁਕਮ ਦਿੱਤੇ ਨੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ, 10 ਮਹੀਨੇ ਤਕਰੀਬਨ ਜਿਹੜੇ ਜੀ ਉਹ ਲੱਗ ਗਏ। 10 ਮਹੀਨੇ ਤੋਂ ਇਹਦੇ ਜਿਹੜੇ ਸ਼ਰਧਾ ਉੱਲੂ ਨੇ ਉਹ ਇਹ ਕਹੀ ਜਾਂਦੇ ਆ ਜੀ ਕਿ ਉਹ ਸਮਾਧੀ ਦੇ ਵਿੱਚ ਲੀਨ ਆ, ਤੇ ਉਹਦੀ ਸਮਾਧੀ ਜਿਹੜੀ ਆ ਉਹ ਅਜੇ ਟੁੱਟੀ ਨਹੀਂ, ਉਹ ਵਾਪਸ ਜਿਹੜਾ ਜੀ ਆਜੂਗਾ ਦੁਨੀਆਂ ਦੇ ਵਿੱਚ, ਭਾਵ ਕਿ ਸਮਾਧੀ ਤੋਂ। ਤੋ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ 2 ਪਟੀਸ਼ਨਾਂ ਸੀ ਜੀ, ਇੱਕ ਤਾਂ ਉਹਦਾ ਜਿਹੜਾ ਸਾਬਕਾ ਡਰਾਈਵਰ ਆ ਪੂਰਨ ਸਿੰਘ ਤੇ ਇੱਕ ਉਹਦਾ ਮੁੰਡਾ ਜਿਹੜਾ ਦਲੀਪ ਜਾ, ਇਹਨਾਂ ਦੋਨਾਂ ਦੀਆਂ ਪਟੀਸ਼ਨਾਂ ਜਿਹੜੀਆਂ ਨੇ ਉਹਦੇ ਉੱਤੇ ਸੁਣਵਾਈ ਕਰਦਿਆਂ ਹੋਇਆ ਜਿਹੜਾ ਜੀ ਇਹ ਹੁਕਮ ਦਿੱਤੇ ਆ ਕਿ ਉਹਦੀ ਮੌਤ ਜਿਹੜੀ ਆ ਬਾਕੀ ਲੋਕਾਂ ਵਾਂਗੂ ਹੋ ਚੁੱਕੀ ਹੋਈ ਹੈ, ਤੇ ਉਹਨੂੰ ਕੱਢ ਕੇ ਲੋਕਾਂ ਦੇ ਵਾਸਤੇ ਰੱਖ ਦਿਓ, ਜਿਹੜੇ ਉਹਦੇ ਚੇਲੇ ਚੁੱਲੇ ਨੇ ਉਹਨੂੰ ਵੇਖ ਲੈਣ, ਤੇ 15 ਦਿਨਾਂ ਦੇ ਵਿੱਚ ਜਾਂ ਉਹਨੂੰ ਦੱਬ ਦਿਓ ਜਾਂ ਉਹਦਾ ਸੰਸਕਾਰ ਜਿਹੜਾ ਜੀ ਉਹ ਕਰ ਦਿਓ। ਹੁਣ ਜਿਹੜਾ ਜੀ ਇਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਿਹੜੀ ਇਹ ਹੁਕਮ ਸੀਗਾ ਜੀ ਉਹ ਦੇਣ ਤੋਂ ਬਾਅਦ ਉਮੀਦ ਹੈ ਜੀ ਕਿ ਹੁਣ ਜਿਹੜਾ ਇਹਦੀ ਤਿਆਰੀ ਹੋ ਜੂਗੀ। ਪੰਜਾਬ ਹਰਿਆਣਾ ਹਾਈ ਕੋਰਟ ਨੇ ਕਮੇਟੀ ਜਿਹੜੀ ਹੈ ਜੀ ਉਹ ਬਣਾ ਦਿੱਤੀ ਹੈ 3 ਮੈਂਬਰੀ, ਇਹ 3 ਮੈਂਬਰੀ ਜਿਹੜੀ ਕਮੇਟੀ ਹੈ ਜੀ ਉਹ ਡੇਟ ਇਹਦੀ ਅਨਾਊਂਸ ਕਰੂਗੀ ਤੇ ਉਸ ਡੇਟ ਦੇ ਉੱਤੇ ਇਹਦਾ ਜਿਹੜਾ ਜੀ ਅੰਤਿਮ ਸੰਸਕਾਰ ਜਿਹੜਾ ਜੀ ਉਹ ਕੀਤਾ ਜਾਊਗਾ। ਡੇਰੇ ਦੇ ਆਲੇ ਦੁਆਲੇ ਜਿਹੜੀ ਸਿਕਿਉਰਿਟੀ ਆ ਉਹ ਵਾਹਵਾ ਟਾਈਟ ਕਰ ਦਿੱਤੀ ਗਈ ਹੈ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਜਿਹੜੇ ਉੱਥੇ ਇਹਨਾਂ ਦੇ ਚੇਲੇ ਚੁੱਲੇ ਨੇ ਜੀ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਡੇਰੇ ਦੇ ਵਿੱਚ। ਪੱਤਰਕਾਰਾਂ ਨੂੰ ਉੱਥੇ ਨੇੜੇ ਤੇੜੇ ਨਹੀਂ ਜਾਣ ਦਿੱਤਾ ਜਾ ਰਿਹਾ, ਔਰ ਜਿਹੜੇ ਪੁਲਿਸ ਵਾਲੇ ਨੇ ਜੀ ਕੱਲ ਉਹਨਾਂ ਨੂੰ ਵੀ ਰੋਕਿਆ ਗਿਆ ਇੱਥੇ ਜਿਹੜਾ ਸੀਗਾ ਡੇਰੇ ਦੇ ਵਿੱਚ ਜਾਣ ਤੋਂ, ਡੇਰੇ ਦੇ ਨੇੜੇ ਜਿਹੜਾ ਸੀਗਾ ਉਹ ਜਾਣ ਤੋਂ। ਜੇ ਤਾਂ ਇਹ ਮੰਨ ਗਏ ਠੀਕ ਠਾਕ ਤਾਂ ਸਹੀ ਆ, ਨਹੀਂ ਤਾਂ ਫਿਰ ਰਾਮਪਾਲ ਵਾਲੀ ਹੋਣੀ ਆ ਜੀ ਇਹਦੇ ਨਾਲ ਵੀ, ਪੁਲਿਸ ਚੜ੍ਹਾ ਕੇ ਜਿਹੜਾ ਜੀ ਉਹ ਕੱਢਿਆ ਜਾਊਗਾ ਉੱਥੋਂ ਉਹਨੂੰ ਫਰੀਜ਼ਰ ਦੇ ਵਿੱਚੋਂ, ਜਿਹੜੇ ਫਰੀਜ਼ਰ ਦੇ ਵਿੱਚ ਲਾ ਕੇ 10 ਮਹੀਨਿਆਂ ਤੋਂ ਬੈਠੇ ਨੇ। ਇਹ ਦੱਸਿਆ ਜਾ ਰਿਹਾ ਜੀ ਕਿ ਇੱਥੇ ਜਿਹੜੀਆਂ ਡੇਰੇ ਦੀਆਂ ਮੀਟਿੰਗਸ ਨੇ ਉਹ ਹੋ ਰਹੀਆਂ ਜਿਹੜੇ ਪ੍ਰਬੰਧਕ ਨੇ, ਕਿਉਂਕਿ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ 1 ਕਰੋੜ ਰੁਪਇਆ ਜਿਹੜਾ ਜੀ ਉਹ ਕੈਸ਼ ਦੇ ਰੂਪ ਦੇ ਵਿੱਚ ਇੱਥੇ ਪਿਆ ਜੀ, ਤੇ ਮੇਰਾ ਖਿਆਲ 10 ਮਹੀਨੇ ਤਾਂ ਬਹੁਤ ਹੁੰਦੇ ਆ ਜਿਹਦੇ ਵਿੱਚ ਉਹਨਾਂ ਨੇ ਬਿਲੇ ਲਾ ਲਿਆ ਹੋਣਾ। ਹਾਂ ਇਹਨਾਂ ਕਿ ਅਚਲ ਜਿਹੜੀ ਪ੍ਰੋਪਰਟੀ ਆ ਉਹ ਜ਼ਰੂਰ ਹੈਗੀ ਆ। ਹੁਣ ਅਗਲੇ ਸਵਾਲ ਇਹ ਵੀ ਉੱਠਣਗੇ ਕਿ ਉਹ ਕਿਹਨੂੰ ਮਿਲੂਗੀ, ਜਦੋਂ ਪਟੀਸ਼ਨ ਜਿਹੜੀ ਆ ਜੀ ਉਹ ਦਲੀਪ ਝਾ ਦੀ ਜਿਹੜੀ ਉਹ ਮੰਨੀ ਗਈ ਆ, ਤੇ ਉਮੀਦ ਆ ਜੀ ਕਿ ਉਹਨੂੰ ਕੁਛ ਪ੍ਰੋਪਰਟੀ ਵਗੈਰਾ ਜਿਹੜੀ ਆ ਮਿਲ ਸਕਦੀ ਆ। ਇਸੇ ਚੀਜ਼ ਤੋਂ ਔਖੇ ਨੇ ਇਹ ਦੂਜਾ ਡੇਰਾ, ਜਿਹੜੀ ਅਸਲੀਅਤ ਜਿਹੜੀ ਆ ਉਹ ਅਦਾਲਤ ਨੇ ਸਾਹਮਣੇ ਲਿਆਂਦੀ ਆ, ਇੱਥੇ ਸ਼ਾਬਾਸ਼ੀ ਜਿਹੜੀ ਆ ਜੀ ਉਹ ਦੇਣੀ ਬਣਦੀ ਆ ਪੰਜਾਬ ਹਰਿਆਣਾ ਹਾਈ ਕੋਰਟ ਨੂੰ। ਪਹਿਲਾਂ ਰਾਮਪਾਲ ਦੇ ਚੇਲੇ ਕਹਿੰਦੇ ਸੀਗੇ ਉਹ ICU ਦੇ ਵਿੱਚ ਆ, ਜਦੋਂ ਪੁਲਿਸ ਨੇ ਬਾਹਰੋਂ ਕੱਢ ਕੇ ਲਿਆਂਦਾ ਉਹਨੂੰ, ਬਾਹਰ ਕੱਢ ਕੇ ਲਿਆਂਦਾ ਤੇ ਉਹ ਹੱਟਾ ਕੱਟਾ ਸੀਗਾ। ਹੁਣ ਇਹਦੇ ਜਿਹੜੇ ਚੇਲੇ ਆ ਉਹ ਕਹਿੰਦੇ ਇਹਨਾਂ ਦੇ ਸਮਾਧੀ ਦੇ ਵਿੱਚ ਆ, ਅਦਾਲਤ ਕਹਿੰਦੀ ਉਹ ਮਰ ਗਿਆ ਉਹਨੂੰ ਫੂਕ ਦਿਓ। ਇਹ ਦੋ ਜਿਹੜੇ ਝੂਠ ਨੇ ਨਾ ਡੇਰਿਆਂ ਦੇ ਇਹ ਸਾਹਮਣੇ ਆਏ ਨੇ, ਪਰ ਮੁਸ਼ਕਿਲ ਆ ਜੀ ਇਹ ਦੋ ਨੇ, ਦੋ ਹੋਰ ਖੁੱਲ੍ਹ ਜਾਣਗੇ ਤਾਂ ਜਗ੍ਹਾ ਤੇ। ਬਿਲਕੁਲ ਜੀ, ਉਹਨਾਂ ਦੇ ਫਿਰ ਦੋ ਤਾਂ ਬਾਅਦ ਵਿੱਚ ਖੁੱਲ੍ਹਣੇ, ਕਿਤੇ ਬਾਬਾ ਕੋਈ ਕਰਾਮਾਤ ਕਰਕੇ ਉੱਠੇ ਨਾ ਪਵੇ, ਇੰਨੇ ਦੇਰ ਦੀ ਸਮਾਧੀ ਆ ਉਹਦੀ। ਤੇ ਦੇਖੋ ਜੀ ਕੀ ਹੁੰਦਾ ਆ, 15 ਦਿਨਾਂ ਦਾ ਉਹਦਾ ਦਿੱਤਾ ਹੋਇਆ ਟਾਈਮ। ਅਤੇ ਜੀ ਸਰੋਤੇ ਇੱਕ ਵਾਰ ਫਿਰ ਦੱਸ ਦਈਏ ਕਿ ਮੈਂ ਇੱਕ ਵਾਰ ਅਨਾਊਂਸ ਕੀਤਾ ਅਤੇ ਕਾਫੀ ਸਾਰੇ ਲੋਕਾਂ ਨੇ ਵਟਸਐਪ 'ਤੇ ਮੈਸੇਜ ਸਾਨੂੰ ਭੇਜ ਦਿੱਤਾ ਆ। ਵਟਸਐਪ 'ਤੇ ਤੁਸੀਂ ਫੋਨ ਨੰਬਰ ਐਡ ਕਰਕੇ ਅਤੇ ਸਾਨੂੰ ਮੈਸੇਜ ਕਰ ਸਕਦੇ ਹਾਂ ਜੀ, 4087173222 408-717-3222। ਇਸ 'ਤੇ ਤੁਸੀਂ ਮੈਸੇਜ ਕਰ ਸਕਦੇ, ਤਾਂ ਕੋਸ਼ਿਸ਼ ਕਰੋ ਕਿ ਆਪਣਾ ਨਾਂ ਵੀ ਤੁਸੀਂ ਨਾਲ ਹੀ ਭੇਜ ਦਿਓ, ਕਿਉਂਕਿ ਜਿੰਨੇ ਕੁ ਆਏ ਆ ਉਹਨਾਂ ਦੇ ਵਿੱਚ ਤੁਹਾਡੇ ਨਾਂ ਨਹੀਂ ਆਏ, ਪਰ ਸਾਨੂੰ ਜਿਹੜੇ ਮੈਸੇਜ ਆ ਉਹ ਪਹੁੰਚਣੇ ਸ਼ੁਰੂ ਹੋ ਗਏ ਆ। ਅਤੇ ਤੁਹਾਡਾ ਵੀ ਕੋਈ ਜਾਣਕਾਰ ਹੈ ਇੰਡੀਆ ਦੇ ਵਿੱਚ ਤਾਂ ਤੁਸੀਂ ਉਸ ਨੂੰ ਵੀ ਜੋੜ ਸਕਦੇ ਆ ਕਿ ਉਹ ਫੋਨ ਨੰਬਰ ਐਡ ਕਰਕੇ ਸਾਨੂੰ ਮੈਸੇਜ ਕਰ ਦੇਣ ਆਪਣੇ ਵਟਸਐਪ ਤੋਂ। ਅਤੇ ਅੱਗੇ ਚੱਲਦੇ ਹਾਂ ਜੀ, ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਦੂਜੇ ਪੜਾਅ ਦੀਆਂ ਜੰਮੂ ਕਸ਼ਮੀਰ ਅਤੇ ਛੱਤੀਸਗੜ੍ਹ ਦੇ ਵਿੱਚ ਪੈ ਰਹੀਆਂ, ਉਹਦੇ ਬਾਰੇ ਜੀ। ਇਹ ਜਿਹੜਾ ਜੀ ਜੰਮੂ ਕਸ਼ਮੀਰ ਦੀਆਂ 18 ਤੇ ਝਾਰਖੰਡ ਦੀਆਂ 20 ਸੀਟਾਂ ਦੇ ਵਾਸਤੇ ਜਿਹੜੀਆਂ ਜੀ ਉਹ ਵੋਟਾਂ ਪੈ ਰਹੀਆਂ ਨੇ ਇਸ ਵੇਲੇ। ਜੰਮੂ ਕਸ਼ਮੀਰ ਦੇ ਵਿੱਚ 175 ਉਮੀਦਵਾਰ ਔਰ ਉੱਤਰ ਉਧਰ ਝਾਰਖੰਡ ਦੇ ਮਾਓਵਾਦੀ ਜਿਹੜਾ ਏਰੀਆ ਹੈ ਜੀ ਬਹੁਤਾ, ਇਹਦੇ ਵਿੱਚ 223 ਉਮੀਦਵਾਰ ਜਿਹੜੇ ਨੇ ਉਹ ਇੱਥੇ ਖੜੇ ਨੇ। ਜੰਮੂ ਕਸ਼ਮੀਰ ਦੀਆਂ 18 ਸੀਟਾਂ ਚੋਂ ਕੁਪਵਾੜਾ ਜ਼ਿਲ੍ਹੇ ਦੀ ਹੰਦਵਾੜਾ ਤੇ ਸਭ ਤੋਂ ਜਿਹੜੀ ਨਜ਼ਰ ਟਿਕੀ ਹੋਈ ਹੈ, ਕਿਉਂਕਿ ਉੱਥੇ ਜਿਹੜੇ ਵੱਖਵਾਦੀ ਨੇ ਉਹ ਰਹਿ ਚੁੱਕੇ ਸਜਾਦ ਗਨੀ ਲੋਨ ਪਹਿਲੀ ਵਾਰੀ ਵਿਧਾਨ ਸਭਾ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਨੇ। PDP ਆਗੂ ਤੇ ਡਿਪਟੀ ਸਪੀਕਰ ਸਰਤਾਜ ਮਦਨੀ ਦੇਵਸਰ ਹਲਕੇ ਤੋਂ ਤੀਜੀ ਵਾਰ ਵਿਧਾਨ ਸਭਾ ਦਾਖਲ ਹੋਣ ਦੇ ਵਾਸਤੇ ਚੋਣ ਮੈਦਾਨ ਦੇ ਵਿੱਚ ਨੇ। 82 ਸੀਟ ਤੋਂ ਇਸ ਵੇਲੇ ਵਿਧਾਇਕ ਬਲਦੇਵ ਰਾਜ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ। 2008 ਦੀਆਂ ਚੋਣਾਂ ਦੇ ਵਿੱਚ ਉਹ ਭਾਜਪਾ ਦੀ ਟਿਕਟ ਦੇ ਉੱਤੇ ਚੋਣ ਜਿੱਤੇ ਸੀਗੇ। CPM ਦੇ ਮੁਹੰਮਦ ਯੂਸਫ ਤਾਰੀ ਰਾਮੀ
कुलगाम तो लगातार चौथी बारी चोन जितने की कोशिश दे विच ने। कश्मीर दे आई जी ए जी मीर जिहड़े उन्होंने दस्सिया कि वादी दे विच नीम फौजी जिहड़े ने जी उन्होंने जिहड़ियां पैरामिलिट्री फोर्सिस ने 220 वाधू कंपनियां जिहड़ियां वो तैनात कीतियां गईयां ने। झारखंड दे विच साबका मुख्यमंत्री अर्जुन मुंडा मधु कौड़ा ते 3 मंत्री चोन मैदान दे विच ने जी। जम्मू कश्मीर दे विच पहले पड़ाव दे दौरान 72% रिकॉर्ड वोटां जिहड़ियां वो पईयां सीगियां। जम्मू ते लद्दाख तो अलावा वादी दे विच जिहड़े 4 हलकियां दे उत्ते भी वध वोटिंग जिहड़ी वो होई सी। इहदे नाल सूबे दे विच वड्डी सियासी हिलजुल जिहड़ी आ जी वो होई आ। ਅੱਜ ਦੇਖਦੇ ਹਾਂ ਜੀ ਕਿ ਅੱਜ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਉਹਦੇ ਵਿੱਚ ਕਿੰਨੇ ਕੁ ਲੋਕ ਬਾਹਰ ਨਿਕਲਦੇ ਨੇ। हां जी बिल्कुल। ते जी अगे अपने अगले सवालों वाल चलांगे। ते जी एक बारी फिर असी मैं नंबर अनाउंस कर दिंदी हां कि व्हाट्सएप ते काफी जिहड़ा आ रही हैं सानू रिक्वेस्टां, कोशिश करो कि इंडिया वालियां तो ही अपने व्हाट्सएप ते मैसेज करवाओ। जे इंडिया वाले करनगे तां ओह नाल जुड़नगे जी। 4087173222 408-717-3222 इस ते ओ इस नंबर नूं ऐड करके अपने व्हाट्सएप तो सानू मैसेज करन ते अपना नाम भी भेजन की जरूर कोशिश करन। ते बलतेज पन्ने जी आपां अगला सवाल वर चलदे आ। जिहड़ा 1992 दे विच जिहड़ा पुलिस ने अत्तवाद फैलाया सीगा, झूठे मुकाबलियां दे विच नौजवानां नूं शहीद कर दित्ता सीगा, ते उहदे विच 4 पुलिस वालियां नूं उम्र कैद हुई है। जी वैसे तो जी तुसी इनफॉर्मेशन दे रहे हो जी नंबर तो मैं भी नोट कर लिया, मैं फेसबुक के उत्ते भी पा दिना अगले कुछ मिनट दौरान। 001 जरूर उन्होंने कह दें जी अगे ऐड कर लेंगे फिर ऐड होने च मेरा ख्याल प्रॉब्लम नहीं आऊगी उन्होंने कोई। जी 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 इंडिया तो जे किसी ने करना तो 001 ला लैन तो फिर वो ईजी ऐड होंगे जी। ਜਿਹੜਾ ਇਹ CBI ਦੀ ਵਿਸ਼ੇਸ਼ ਅਦਾਲਤ ਹੈ ਜੀ ਉਹਨੇ 4 ਪੁਲਿਸ ਮੁਲਾਜ਼ਮ ਜਿਹੜੇ ਨੇ ਜੀ ਉਹਨਾਂ ਨੂੰ ਲੁਧਿਆਣੇ ਦਾ ਹਰਜੀਤ ਸਿੰਘ ਜਿਹੜਾ ਸੀਗਾ ਉਹਨੂੰ ਫਰਜ਼ੀ ਮੁਕਾਬਲੇ ਦੇ ਵਿੱਚ ਮਾਰਨ ਦਾ ਦੋਸ਼ੀ ਕਰਾਰ ਜਿਹੜਾ ਜੀ ਉਹ ਦਿੱਤਾ। 4 ਪੁਲਿਸ ਮੁਲਾਜ਼ਮ ਜਿਹੜੇ ਸੀਗੇ ਜੀ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 1993 ਦਾ ਇਹ ਕੇਸ ਹੈ ਜਦੋਂ UP ਦੇ ਵਿੱਚ ਸੀਤਾਪੁਰ ਦੇ DSP RK ਸਿੰਘ, ਸੀਤਾਪੁਰ ਦੇ ਇੰਸਪੈਕਟਰ ਬ੍ਰਿਜਲਾਲ, ਬਾਰਾਬੰਕੀ ਦੇ ਕਾਂਸਟੇਬਲ ਓਮਕਾਰ ਸਿੰਘ ਤੇ ਪਾਇਲ ਦੇ ASI ਹਰਵਿੰਦਰ ਸਿੰਘ ਨੇ ਲੁਧਿਆਣੇ ਦੇ ਹਰਜੀਤ ਸਿੰਘ ਨੂੰ ਅਗਵਾ ਕਰਕੇ ਕਤਲ ਕਰਤਾ ਸੀਗਾ ਜੀ। ਪਿੱਛੋਂ ਹਰਜੀਤ ਸਿੰਘ ਦੀ ਮੌਤ ਨੂੰ ਮੁਕਾਬਲਾ ਜਿਹੜਾ ਸੀ ਉਹ ਕਰਾਰ ਦਿੱਤਾ ਗਿਆ ਸੀਗਾ। ਹਰਜੀਤ ਸਿੰਘ ਦੇ ਪਰਿਵਾਰ ਨੇ ਇਹਨੂੰ ਮੁਕਾਬਲਾ ਮੰਨਣ ਤੋਂ ਨਾ ਕੀਤੀ ਸੀਗੀ, ਉਹਨੇ ਹਰਜੀਤ ਸਿੰਘ ਦੀ ਮੌਤ ਨੂੰ ਕਤਲ ਦੱਸਦਿਆਂ ਅਦਾਲਤ ਦੇ ਵਿੱਚ ਕੇਸ ਦਰਜ ਕੀਤਾ ਸੀਗਾ। ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਸੀ ਜੀ ਉਹਨੇ 1998 ਦੇ ਵਿੱਚ ਇਹ ਜਿਹੜੀ ਜਾਂਚ ਸੀ CBI ਦੇ ਹਵਾਲੇ ਕਰ ਦਿੱਤੀ ਸੀ ਔਰ ਜਾਂਚ ਮਗਰੋਂ 4 ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਜਿਹੜਾ ਉਹ ਪਾਇਆ ਗਿਆ ਸੀਗਾ। 16 ਸਾਲ ਮਗਰੋਂ ਜਿਹੜੇ ਦੋਸ਼ੀ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਹੈ। ਹਰਜੀਤ ਸਿੰਘ ਦਾ ਜਿਹੜਾ ਪਿਤਾ ਜੀ ਉਹ ਦੱਸਦਾ ਕਿ ਉਹਦੇ ਮੁੰਡੇ ਨੂੰ ਇਹ ਜਿਹੜਾ ਇਹ ਇੰਸਪੈਕਟਰ ਸੀਗਾ ਜੀ ASI ਹਰਵਿੰਦਰ ਸਿੰਘ ਉਹ ਇਹ ਕਹਿ ਕੇ ਲੈ ਗਿਆ ਸੀਗਾ ਕਿ ਅਸੀਂ ਕੁਛ ਮੁੰਡੇ ਜਿਹੜੇ ਉਹ ਫੜੇ ਨੇ ਇੱਥੇ ਖਾੜਕੂ ਉਹਨਾਂ ਦੀ ਸ਼ਨਾਖਤ ਇਹਦੇ ਤੋਂ ਜਿਹੜੀ ਆ ਜੀ ਉਹ ਕਰਵਾਉਣੀ ਹੈ। ਉਹਨੂੰ ਲੈ ਗਿਆ ਅੱਗੋਂ ਜਿਹੜਾ ਸੀਗਾ ਜੀ ਤੁਸੀਂ ਦੇਖੋ ਇਹਦੀ ਸ਼ੈਤਾਨੀ ਜਾਂ ਇਨਾਮ ਲੈਣ ਦਾ ਲਾਲਚ ਜਾਂ ਤਰੱਕੀਆਂ ਦਾ ਲਾਲਚ ਤੇ ਚੁੱਕ ਕੇ ਇਹ ਉੱਤਰ ਪ੍ਰਦੇਸ਼ ਵਾਲਿਆਂ ਨੂੰ ਦੇਤਾ ਜੀ ਮੁੰਡੇ ਨੂੰ ਔਰ ਇਹਦਾ ਮੁਕਾਬਲਾ ਜਿਹੜਾ ਸੀ ਉੱਥੇ ਇਹ ਬਣਾ ਕਹਿਤਾ ਜੀ ਕਿ ਇੱਥੇ ਆਇਆ ਹੋਇਆ ਸੀਗਾ ਤੇ ਇੱਥੇ ਪੁਲਿਸ ਮੁਕਾਬਲਾ ਜਿਹੜਾ ਜੀ ਹੋਇਆ ਜਦੋਂ ਕਿ ਉਹਨੂੰ ਘਰ ਤੋਂ ਬੁਲਾ ਕੇ ਲੈ ਕੇ ਗਿਆ ASI। ਇੱਕ ਜਿਹੜੀ ਫਿਲਮ ਆਈ ਸੀ ਜਸਪਾਲ ਭੱਟੀ ਦੀ ਕਾਫੀ ਦੇਰ ਪਹਿਲਾਂ ਮਾਹੌਲ ਠੀਕ ਹੈ ਉਹਦੇ ਵਿੱਚ ਇਸ ਗੱਲ ਦਾ ਇਸ਼ਾਰਾ ਸੀਗਾ ਜੀ ਜਿਹੜਾ ਇੱਕ ਪੁਲਿਸ ਵਾਲਾ ਦੂਜੇ ਨੂੰ ਫੋਨ ਕਰਦਾ ਵੀ ਕੋਈ ਲਾਸ਼ ਲੁਸ਼ ਨਹੀਂ ਪਈ ਹੋਈ ਵਾਧੂ ਸਾਡੇ ਉੱਤੇ ਥੋੜੀ ਜਿਹੀ ਮੁਸੀਬਤ ਆ ਗਈ ਹੈ। ਸੋ ਇਹ ਐਕਚੁਲੀ ਉਹ ਬੇਸ਼ੱਕ ਕਾਮੇਡੀ ਦੇ ਰੂਪ ਦੇ ਵਿੱਚ ਸੀਗੀ ਪਰ ਇਹ ਬੜਾ ਸੀਰੀਅਸ ਤੁਸੀਂ ਇਹ ਕਹਿ ਸਕਦੇ ਹੋ ਕਿ ਮੁੰਡੇ ਜਿਹੜੇ ਇਸ ਤਰੀਕੇ ਦੇ ਨਾਲ ਚੁੱਕੇ ਗਏ ਸੀਗੇ ਔਰ ਦੂਜੇ ਸੂਬਿਆਂ ਨੂੰ ਵੀ ਦਿੱਤੇ ਗਏ। ਇਹ ਕਰੂਰਤਾ ਪੁਲਿਸ ਦੀ ਦੇਖੋ ਕਿ ਦੂਜੇ ਸੂਬਿਆਂ ਨੂੰ ਵੀ ਦਿੱਤੇ ਗਏ ਕਿ ਆਹ ਜਿਹੜਾ ਜੀ ਲਓ ਤੁਸੀਂ ਵੀ ਤਰੱਕੀਆਂ ਜਿਹੜੀਆਂ ਉਹ ਲੈ ਲਓ। ਸੋ ਬਹੁਤ ਟਾਈਮ ਜਿਹੜਾ ਲੱਗ ਗਿਆ ਜੀ ਬਹੁਤ ਟਾਈਮ ਲੱਗ ਗਿਆ 1993 2014 ਆਉਂਦਿਆਂ ਪਰ ਫਿਰ ਵੀ ਉਮਰ ਜਿਹੜੀ ਹੈ ਜੀ ਇਹਨਾਂ ਪੁਲਿਸ ਮੁਲਾਜ਼ਮ ਜਿਹੜੇ ਨੇ ਉਹਨਾਂ ਸਾਰਿਆਂ ਨੂੰ ਹੋਈ ਹੈ। ਹਰਜੀਤ ਸਿੰਘ ਦੇ ਪਿਤਾ ਨੇ ਇਹ ਕਿਹਾ ਕਿ ਅੱਜ ਉਹਦੇ ਕਾਲਜ ਜਿਹੜੀ ਹੈ ਜੀ ਉਹ ਠੰਡ ਪਈ ਹੈ। ਉਹ ਕਹਿੰਦਾ ਕਿ ਉਹਦਾ ਮੁੰਡਾ ਤਾਂ ਬੇਸ਼ੱਕ ਇੰਨੇ ਸਾਲ 21 ਪਹਿਲਾਂ ਜਿਹੜਾ ਤੁਰ ਗਿਆ ਸੀਗਾ ਦੁਨੀਆਂ ਤੋਂ ਪਰ ਅੱਜ ਉਹਨੂੰ ਇੰਨੀ ਕੁ ਤਸੱਲੀ ਹੈ ਕਿ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾ ਦਿਵਾਉਣ ਦੇ ਵਿੱਚ ਉਹ ਸਫਲ ਰਿਹਾ। ਬੜੀ ਲੰਬੀ ਲੜਾਈ ਜਿਹੜੀ ਹੈ ਜੀ ਇਸ ਪਰਿਵਾਰ ਨੇ ਲੜੀ ਹੈ। ਹਾਂਜੀ ਤੇ ਜੀ ਆਪਾਂ ਜਿਸ ਤਰ੍ਹਾਂ ਸਰੋਤਿਓ ਤੁਸੀਂ ਸੁਣ ਰਹੇ ਹਾਂ ਤੇ ਆਪਾਂ ਸਾਰੇ ਇਹ ਪਸੰਦ ਕਰਦੇ ਹਾਂ ਕਿ ਉੱਥੇ ਦੀ ਜਿਹੜੀ ਸੱਚਾਈ ਆ ਉਹ ਸਾਨੂੰ ਦੱਸੀ ਜਾਂਦੀ ਆ।
ਤੇ ਜੇ ਤੁਹਾਡਾ ਕੋਈ ਇੰਡੀਆ ਦੇ ਵਿੱਚ ਹੈਗਾ ਆ ਤੇ ਤੁਸੀਂ ਉਸ ਨੂੰ ਜੋੜ ਸਕਦੇ ਆ। ਕਈ ਵਾਰ ਤੁਹਾਨੂੰ ਫੋਨ ਕਰਕੇ ਉੱਥੇ ਖਬਰਾਂ ਸੁਣਾਉਣੀਆਂ ਪੈਂਦੀਆਂ, ਉੱਥੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਉੱਥੇ ਮੀਡੀਆ ਦੇ ਵਿੱਚ ਜਿਹੜੀਆਂ ਸੱਚਾਈ ਵਾਲੀਆਂ ਖਬਰਾਂ ਨਹੀਂ ਦਿੱਤੀਆਂ ਜਾਂਦੀਆਂ। ਤੇ ਉੱਥੇ ਤੁਸੀਂ ਦੱਸ ਸਕਦੇ ਆ ਜੀ 408-700-1732 ਫੋਨ ਨੰਬਰ ਆਪਣੇ ਵਟਸਐਪ ਤੇ ਐਡ ਕਰੋ ਤੇ ਸਾਨੂੰ ਵਟਸਐਪ ਤੋਂ ਹੀ ਮੈਸੇਜ ਭੇਜੋ, ਆਪਣਾ ਨਾਂ ਵੀ ਜ਼ਰੂਰ ਲਿਖ ਦਿਓ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਜਿਸ ਤਰ੍ਹਾਂ ਪਹਿਲਾਂ ਆਪਾਂ ਕਾਫੀ ਟਾਈਮ ਤੋਂ ਪੰਜਾਬ ਦੀ ਨੌਜਵਾਨੀ ਦਾ ਨਸ਼ਿਆਂ ਦੇ ਨਾਲ ਘਾਣ ਹੋ ਗਿਆ ਤੇ ਉਸ ਤੋਂ ਬਾਅਦ ਅਗਲੀ ਮਾਰ ਆ ਪਈ ਹੈ ਜੀ ਉਹਨਾਂ ਨੂੰ HIV ਦੇ। ਇਹ ਦੋਵੇਂ ਚੀਜ਼ਾਂ ਇਹਨਾਂ ਦੀ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ ਜੀ, ਕਿਤੇ ਨਾ ਕਿਤੇ ਜਿਹੜੀਆਂ ਨਸ਼ੇ ਨੇ ਤੇ HIV ਆ। ਕੱਲ ਵਰਲਡ ਏਡਜ਼ ਡੇ ਸੀਗਾ ਜੀ, ਔਰ ਕੱਲ ਜਿਹੜਾ ਇਨਕਲਾਬ ਦਾ ਸਾਡਾ ਕਾਫਲਾ ਸੀਗਾ ਜੀ ਉਹ ਸੰਗਰੂਰ ਦੇ ਵਿੱਚ, ਕਿਉਂਕਿ ਹੁਣ ਸਕੂਲਾਂ ਦੇ ਵਿੱਚ ਜਾਂਦੇ ਹਾਂ ਜੀ, ਇਸ ਕਰਕੇ ਉਹਨੂੰ ਐਤਵਾਰ ਤੋਂ ਤਬਦੀਲ ਕਰਕੇ ਸੋਮਵਾਰ ਜਿਹੜਾ ਜੀ ਉਹ ਕਰ ਦਿੱਤਾ ਗਿਆ। ਉੱਥੇ ਵੀ ਇਹੀ ਗੱਲ ਜਿਹੜੀ ਦੱਸੀ ਗਈ ਕਿ ਇਹ ਦੋਨੋਂ ਆਪਸ ਦੇ ਵਿੱਚ ਲਿੰਕ ਨੇ ਜੀ। ਵਿਸ਼ਵ ਏਡਜ਼ ਡੇ ਦੇ ਮੌਕੇ ਜਿਹੜੇ ਅੰਕੜੇ ਜਾਰੀ ਹੋਏ ਨੇ ਜੀ, HIV ਤੋਂ ਪੀੜਤ ਟਰੱਕ ਡਰਾਈਵਰਾਂ ਦੀ ਗਿਣਤੀ ਦੇ ਵਿੱਚ ਤਾਂ ਗਿਰਾਵਟ ਜਿਹੜੀ ਆ ਉਹ ਲਗਾਤਾਰ ਆਈ ਹੈ। ਨਸ਼ੇ ਦੇ ਆਦੀ ਵਿਅਕਤੀ ਜਿਹੜੇ ਨੇ ਜੀ ਉਹ ਹੁਣ ਇਸ ਬਿਮਾਰੀ ਦੇ ਜਾਲ ਦੇ ਵਿੱਚ ਫਸ ਗਏ ਨੇ। ਏਡਜ਼ ਪ੍ਰਤੀ ਜਾਗਰੂਕਤਾ ਦਾ ਟਰੱਕ ਡਰਾਈਵਰਾਂ ਨੂੰ ਫਾਇਦਾ ਮਿਲਿਆ ਤੇ ਹੁਣ ਸਿਰਫ 2-3% ਟਰੱਕ ਡਰਾਈਵਰ ਜਿਹੜੇ ਨੇ ਉਹ ਇਲਾਜ ਦੇ ਵਾਸਤੇ ਪਹੁੰਚ ਰਹੇ ਨੇ, ਜਦੋਂ ਕਿ HIV ਪੋਜ਼ਿਟਿਵ ਦੇ ਪੀੜਤ ਜਿਹੜੇ ਨੇ ਉਹ 21% ਉਹ ਲੋਕ ਨੇ ਜੀ ਜਿਹੜੇ ਨਸ਼ੇੜੀ ਨੇ, ਜਿਹੜੇ ਨਸ਼ੇ ਕਰਦੇ ਨੇ, ਜਿਹੜੀ ਇੰਜੈਕਟ ਕਰਦੇ ਨੇ ਜਿਹੜੀ ਨਸ਼ਾ ਜਿਹੜਾ ਇਹ ਸਰਿੰਜ ਦੇ ਨਾਲ, ਉਹ ਇੱਕੋ ਸਰਿੰਜ ਜਿਹੜੀ ਹੈ ਜੀ ਉਹ ਵਰਤੀ ਜਾ ਰਹੇ ਨੇ। ਜਿਹੜੀ ਜੇਲ੍ਹਾਂ ਨੇ, ਜੇਲ੍ਹਾਂ ਦੇ ਵਿੱਚ HIV ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਵੇਲੇ ਪੀੜਤ ਜਿਹੜੇ ਉਹ ਬੈਠੇ ਨੇ, ਹੱਟਦੇ ਫਿਰ ਨਹੀਂ ਦਿਓ। ਇੱਕ ਸਰਿੰਜਾ ਉੱਥੇ ਪਤਾ ਨਹੀਂ ਕਿੰਨੇ ਕਿੰਨੇ ਗਾਹ ਜਿਹੜੇ ਲੋਕ ਨੇ ਉਹ ਲਾਈ ਜਾਂਦੇ ਨੇ। 2014 ਦੇ ਅੰਕੜਿਆਂ ਦੇ ਮੁਤਾਬਕ ਰਾਜ ਦੇ ਵਿੱਚ HIV ਪੋਜ਼ਿਟਿਵ ਦੇ ਮਰੀਜ਼ ਜਿਹੜੇ 43,492 ਨੇ ਜੀ, ਔਰ ਮੌਤਾਂ ਦੀ ਗਿਣਤੀ ਜਿਹੜੀ ਆ ਉਹ 5,750 ਰਹੀ ਹੈ। 60% ਮਰਦ ਤੇ 35% ਔਰਤਾਂ, 5% ਬੱਚੇ ਜਿਹੜੇ ਨੇ ਉਹ HIV ਤੋਂ ਪੀੜਤ ਨੇ। ਅੰਮ੍ਰਿਤਸਰ ਦੇ ਵਿੱਚ ਸਭ ਤੋਂ ਜ਼ਿਆਦਾ 11,160 ਪੀੜਤ ਨੇ, ਜਦੋਂ ਕਿ ਮੁਕਤਸਰ ਦੇ ਵਿੱਚ HIV ਦੇ ਸਭ ਤੋਂ ਘੱਟ 299 ਮਰੀਜ਼ ਨੇ ਜੀ। ਅੰਮ੍ਰਿਤਸਰ ਸਿਫਤੀ ਦਾ ਘਰ ਜਿਹੜਾ ਜੀ ਕਿਹਾ ਜਾਂਦਾ, ਧਾਰਮਿਕ ਤੌਰ ਦੇ ਉੱਤੇ ਬਹੁਤ ਵੱਡਾ ਇਹਦਾ ਸਥਾਨ ਆ ਜੀ, ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ, ਤੇ HIV ਪੀੜਤਾਂ ਦੇ ਵਿੱਚ ਉਹ ਪਹਿਲੇ ਦੇ ਨੰਬਰ ਦੇ ਉੱਤੇ ਹੋਵੇ। ਇਹਦੇ ਤੋਂ ਵੱਧ ਨਮੋਸ਼ੀ, ਇਹ ਤੋਂ ਵੱਧ ਸ਼ਰਮਨਾਕ ਗੱਲ ਮੇਰਾ ਖਿਆਲ ਕੋਈ ਹੋਰ ਹੋ ਨਹੀਂ ਸਕਦੀ ਜੀ। ਜੀ ਬਿਲਕੁਲ, ਜੇ ਆਪਾਂ ਸਮਝੀਏ ਤਾਂ ਹੀ ਹੈ ਨਾ। ਅਤੇ ਜੀ ਆਪਾਂ ਤੁਸੀਂ ਗੱਲ ਸਾਂਝੀ ਕੀਤੀ ਸੀ ਜਿਵੇਂ ਰੋਹਤਕ ਦੇ ਵਿੱਚ ਦੋ ਕੁੜੀਆਂ ਆ, ਉਹਨਾਂ ਨੇ ਜਿਹੜੇ ਦੋ ਗੁੰਡਾ ਟਾਈਪ ਮੁੰਡੇ ਸੀਗੇ ਉਹਨਾਂ ਨੂੰ ਨੰਬਰ ਦੇ ਰਹੀਆਂ ਸੀ ਤੇ ਉਹਨਾਂ ਨੇ ਉਹਨਾਂ ਦੀ ਚੰਗੀ ਤਰ੍ਹਾਂ ਸੇਵਾ ਕੀਤੀ ਆ। ਤੇ ਹਰਿਆਣੇ ਦੀ ਸਰਕਾਰ ਨੇ ਕੁੜੀਆਂ ਨੂੰ ਆਪਣੇ 26 ਜਨਵਰੀ ਨੂੰ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਸਨਮਾਨਿਤ ਕਰਨਾ ਜੀ ਬਹਾਦਰੀ ਲਈ। ਐਕਚੁਅਲੀ ਇਹ ਹੋਇਆ ਤਾਂ ਜੀ ਕਿ ਮੀਡੀਆ ਨੇ ਨਾ ਇਹ ਗੱਲ ਚੁੱਕ ਲਈ, ਆਪਾਂ ਕੱਲ ਗੱਲ ਕੀਤੀ ਸੀ, ਉਦੋਂ ਬਾਅਦ ਤਾਂ ਇਹ ਖਬਰ ਜਿਹੜੀ ਹੈ ਜੀ ਮੀਡੀਆ ਦੇ ਵਿੱਚ ਇੱਥੇ ਨੈਸ਼ਨਲ ਲੈਵਲ ਦੇ ਉੱਤੇ ਸਾਰੇ ਚੈਨਲਾਂ ਦੇ ਉੱਤੇ ਹਨੇਰੀ ਬਣ ਕੇ ਜਿਹੜੀ ਹੈ ਨਾ ਜੀ ਉਹ ਘੁੰਮੀ, ਔਰ ਇਹਦੇ ਉੱਤੇ ਬੜੀ ਵੱਡੀ ਬਹਿਸ ਜਿਹੜੀ ਹੈ ਜੀ ਉਹ ਛਿੜੀ ਹੈ। ਇੱਥੇ ਇੱਕ ਲੜਕੀ ਹੈ ਜੀ ਪਟਿਆਲੇ ਦੇ ਨੇੜੇ ਰਹਿੰਦੀ ਨਰਿੰਦਰ ਕੌਰ, ਜਿਹੜੀ ਕਿ ਉਹਨੇ ਬੜੀ ਦਲੇਰੀ ਦਿਖਾਈ ਸੀ ਲੋਕ ਸਭਾ ਚੋਣਾਂ ਦੇ ਦੌਰਾਨ। ਅਕਾਲੀ ਜਿਹੜੇ ਜੀ ਉਹ ਗੁੰਡਾ ਸਰਪੰਚ ਉਹ ਕਹਿੰਦਾ ਸੀਗਾ ਮੈਂ ਕਿਸੇ ਨੂੰ ਇੱਥੇ ਪੋਲਿੰਗ ਏਜੰਟ ਨਹੀਂ ਬਣ ਦੇਣਾ ਕਿਸੇ ਪਾਰਟੀ ਦਾ। ਉਹ ਕੁੜੀ ਨੇ ਕਿਹਾ ਸੀਗਾ ਮੈਂ ਪੋਲਿੰਗ ਏਜੰਟ ਬਣਦੀ ਹਾਂ, ਤੇ ਰੋਕ ਉਹ ਇੱਥੇ BA ਫਾਈਨਲ ਦੇ ਵਿੱਚ ਪੜ੍ਹਦੀ ਹੈ ਜੀ। ਮੈਂ ਕੱਲ ਵੀ ਉਹਦੇ ਨਾਲ ਗੱਲ ਕੀਤੀ ਸੀ, ਉਹਨੂੰ ਇਹ ਸਮਝਾਇਆ ਸੀ ਕਿ ਇਹ ਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਗੱਲ ਇੰਨੀ ਚਰਚਾ ਦੇ ਵਿੱਚ ਆਈ ਹੈ ਕਿਉਂਕਿ ਉਹ ਇਹਦੇ ਵਾਸਤੇ ਲੜ ਰਹੀ ਹੈ ਜੀ ਕਾਫੀ ਦੇਰ ਤੋਂ, ਬੜੀ ਦਲੇਰ ਕੁੜੀ ਆ ਉਹ ਜੀ। ਕਿਸੇ ਟਾਈਮ ਹੋਇਆ ਤੇ ਤੁਸੀਂ ਉਹਦੀ ਗੱਲਬਾਤ ਸਰੋਤਿਆਂ ਦੇ ਨਾਲ ਕਰਾਉਣੀ। ਉਹਨੂੰ ਇਹ ਕਹਿੰਦੀ ਕਿ ਇਹ ਟਾਈਮ ਉਹ ਆ ਜਦੋਂ ਕਿ ਇਸ ਮਾਮਲੇ ਦੇ ਉੱਤੇ ਇਹਦਾ ਲਾਹਾ ਲਿਆ ਜਾ ਸਕਦਾ ਹੈ ਕਿ ਨੈਸ਼ਨਲ ਪੱਧਰ ਦੇ ਉੱਤੇ ਗੱਲ ਬੜੀ ਉਭਰੀ ਹੋਈ ਹੈ, ਕਿਉਂਕਿ ਲੜਕੀਆਂ ਜਿਹੜੀਆਂ ਬੱਸਾਂ 'ਚ ਸਫ਼ਰ ਕਰਦੀਆਂ ਨੇ ਉਹ ਬੜੀ ਮੁਸੀਬਤ ਉਹਨਾਂ ਨੂੰ ਸਹਿਣੀ ਪੈਂਦੀ ਆ। ਇੱਕ ਤਾਂ ਇਹੋ ਜਿਹੜੇ ਸੜਕ ਛਾਪ ਜਿਹੜੇ ਮਜਨੂ ਨੇ ਉਹ ਨਹੀਂ ਟਿਕਣ ਦਿੰਦੇ, ਇੱਕ ਜਿਹੜੇ ਅੱਧ ਖੜ ਉਮਰ ਦੇ ਲੋਕ ਨੇ ਜੀ ਉਹਨਾਂ ਦੀ ਜਿਹੜੇ ਨਾ ਦਿਮਾਗ ਦੇ ਵਿੱਚ ਗੰਦ ਬਹੁਤ ਭਰਿਆ ਹੋਇਆ, ਉਹ ਵੀ ਬੜੀ ਵੱਡੀ ਟ੍ਰਬਲ ਜਿਹੜੀ ਆ ਉਹ ਕ੍ਰੀਏਟ ਕਰਦੇ ਨੇ। ਬੇਸ਼ੱਕ ਕਾਨੂੰਨ ਹੱਥ ਦੇ ਵਿੱਚ ਲੈਣਾ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ, ਉਹ ਗਲਤ ਹੈ, ਪਰ ਮੁਸ਼ਕਲ ਇਹ ਹੈ ਕਿ ਜਦੋਂ ਕਾਨੂੰਨ ਮਦਦ ਹੀ ਨਾ ਕਰੇ ਤੇ ਫਿਰ ਜਿਹੜਾ ਜੀ ਉਹ ਕੀ ਤੁਸੀਂ ਕਰੋਗੇ ਜੀ। ਤੋ ਫੇਰ ਤਾਂ ਜਿਹੜਾ ਜੀ ਇਹ ਹੀ ਕਟਾਪਾ ਜਿਹੜਾ ਇੱਕ ਰਾਹ ਰਹਿ ਜਾਂਦਾ, ਜੇ ਕੋਈ 5-7 ਘਟਨਾਵਾਂ ਇਹੋ ਜਿਹੀਆਂ ਹੋਰ ਹੋ ਜਾਣ ਨਾ ਜੀ ਤੇ ਇਹ ਜਿਹੜੇ ਮਜਨੂ ਨੇ ਇਹਨਾਂ ਨੂੰ ਅਕਲ ਆ ਸਕਦੀ ਹੈ, ਇਹਨਾਂ ਨੂੰ ਨੱਥ ਜਿਹੜੀ ਉਹ ਪਾਈ ਜਾ ਸਕਦੀ ਹੈ।
ਹਰਿਆਣੇ ਦੀ ਸਰਕਾਰ ਜਿਹੜੀ ਹੈ ਜੀ ਉਹ ਹੁਣ ਅੰਡਰ ਪ੍ਰੈਸ਼ਰ ਆ ਗਈ। ਪਹਿਲਾਂ ਤਾਂ ਉਹ ਕਿਹਾ ਜਾ ਰਿਹਾ ਸੀਗਾ ਕਿ ਪ੍ਰਸ਼ਾਸਨ ਜਿਹੜਾ ਜੀ ਉਹ ਦਬਾਅ ਪਾ ਰਿਹਾ ਕੁੜੀਆਂ ਦੇ ਉੱਤੇ, ਦਬਾਅ ਅਜੇ ਵੀ ਪੈ ਰਿਹਾ ਕਿਉਂਕਿ ਜਿਹੜਾ ਜਿਹੜੇ ਪਿੰਡ ਦੇ ਇਹ ਰਹਿਣ ਵਾਲੇ ਮੁੰਡੇ ਨੇ ਉਹ ਜਿਹੜਾ ਪਿੰਡ ਆ ਜੀ ਉਹਨਾਂ ਨੇ 24 ਘੰਟੇ ਦਾ ਸਮਾਂ ਦਿੱਤਾ ਹੋਇਆ ਕਿ 24 ਘੰਟੇ ਦੇ ਵਿੱਚ ਵਿੱਚ ਇਹ ਕੇਸ ਵਾਪਸ ਲਓ, ਨਹੀਂ ਤਾਂ ਅਸੀਂ ਜਿਹੜਾ ਜੀ ਜਾਮ ਕਰਾਂਗੇ ਸੜਕਾਂ। ਉਹ ਪਿੰਡ ਵਾਲੇ ਮੁੰਡਿਆਂ ਦੇ ਹੱਕ ਦੇ ਵਿੱਚ ਜਿਹੜੇ ਉਹ ਖੜੇ ਹੋਏ, ਕਹਿੰਦੇ ਸੀਟ ਜਿਹੜੀ ਅਲੋਟ ਕੀਤੀ ਹੋਈ ਸੀਗੀ ਮੁੰਡਿਆਂ ਨੂੰ, ਅਲੋਟ ਕਿਹਾ ਉਹਨਾਂ ਨੇ ਰਜਿਸਟਰੀ ਕਰਾਈ ਸੀ ਇਸ ਸੀਟ ਦੀ, ਜਦੋਂ ਕਿ ਅਸਲ ਗੱਲ ਇਹ ਆ ਜੀ ਕਿ ਉਹ ਗੰਦੇ ਇਸ਼ਾਰੇ ਇਹਨਾਂ ਲੜਕੀਆਂ ਨੂੰ ਕਰ ਰਹੇ ਸਨ, ਆਪਣਾ ਨੰਬਰ ਜਿਹੜਾ ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਔਰ ਮੇਰੀ ਜਾਚੇ ਜਿਹੜਾ ਸਨਮਾਨਿਤ ਹੈ ਨਾ ਜੀ ਉਸ ਪ੍ਰੈਗਨੈਂਟ ਔਰਤ ਨੂੰ ਕਰਨਾ ਚਾਹੀਦਾ ਜਿਹਨੇ ਇਹ ਕਲਿੱਪ ਬਣਾਇਆ, ਉਹਦੀ ਵੀ ਬੜੀ ਦਲੇਰੀ ਆ ਜੀ। ਜੇ ਇਹ ਕਲਿੱਪ ਨਾ ਬਣਦਾ ਤੇ ਏਡੀ ਵੱਡੀ ਘਟਨਾ ਜਿਹੜੀ ਉਹ ਸਾਹਮਣੇ ਨਹੀਂ ਸੀ ਆਉਣੀ। ਹੁਣ ਹਰਿਆਣੇ ਦੀ ਸਰਕਾਰ ਜਿਹੜੀ ਚੌਤਰਫਾ ਘਿਰ ਗਈ ਸੀ ਇਸ ਮਾਮਲੇ ਦੇ ਉੱਤੇ, ਉਹਨੇ ਖਹਿਰਾ ਛਡਾਉਣ ਲਈ ਕਹਿ ਲਓ ਜਾਂ ਇਹਨੂੰ ਠੱਲ ਪਾਉਣ ਦੇ ਵਾਸਤੇ ਉਹਨੇ ਇਹ ਕਿਹਾ ਕਿ ਇਹਨਾਂ ਲੜਕੀਆਂ ਨੂੰ ਸਨਮਾਨਿਤ ਜਿਹੜਾ ਜੀ ਉਹ ਕੀਤਾ ਜਾਊਗਾ। ਔਰ ਜਿਹੜੇ ਦੋ ਮੁੰਡੇ ਜਿਹਨਾਂ ਨੇ ਫਿਜ਼ੀਕਲ ਟੈਸਟ ਪਾਸ ਕਰ ਲਿਆ ਸੀ ਫੌਜ ਦਾ, ਹੁਣ ਉਹਨਾਂ ਨੇ ਰਿਟਨ ਟੈਸਟ ਦੇ ਵਿੱਚ ਜਾਣਾ ਸੀਗਾ, ਉਹ ਕੰਮ ਹੋ ਗਿਆ ਜੀ ਖਤਮ, ਉੱਥੇ ਹੁਣ ਇਹ ਨਹੀਂ ਜਾ ਸਕਦੇ। ਗਣਤੰਤਰ ਦਿਵਸ 26 ਜਨਵਰੀ ਨੂੰ ਜਿਹੜਾ ਜੀ ਉਹ ਸਨਮਾਨਿਤ ਕੀਤਾ ਜਾ ਰਿਹਾ ਇਹਨਾਂ ਲੜਕੀਆਂ ਨੂੰ ਹਰਿਆਣੇ ਦੀ ਸਰਕਾਰ ਦੇ ਵੱਲੋਂ ਜੀ। ਅਤੇ ਜੀ ਸਰੋਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ, ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਨੰਬਰ ਬੋਲਿਆ ਗਿਆ ਤੇ ਬਾਹਰਲੇ ਲੋਕ ਵੀ ਕਾਫੀ ਆ ਜਿਨ੍ਹਾਂ ਦਾ ਕਹਿੰਦੇ ਕਿ ਕਾਫੀ ਲੋਕਾਂ ਦੀ ਜਿਹੜੀ ਰਿਕੁਐਸਟ ਆ ਗਈ ਆ, ਤੇ ਪਰ ਕੋਸ਼ਿਸ਼ ਕਰੋ ਕਿ ਜਿਹੜੇ ਇੰਡੀਆ ਦੇ ਵਿੱਚ ਬੈਠੇ ਲੋਕ ਆ ਉਹਨਾਂ ਨੂੰ ਵੀ ਤੁਸੀਂ ਇਹ ਮੈਸੇਜ ਕਰ ਦਿਓ ਕਿ ਉੱਥੇ ਵਾਲੇ ਲੋਕ ਆ ਉਹ ਖਬਰਾਂ ਸੁਣ ਸਕਦੇ ਆ ਜਦ ਅਸੀਂ ਅਪਲੋਡ ਕਰਾਂਗੇ। ਫੋਨ ਨੰਬਰ 4087173222 408-717-3222 ਇਸ ਨੂੰ ਆਪਣੇ ਐਡ ਕਰ ਲੈਣ ਵਟਸਐਪ 'ਤੇ, ਅਤੇ ਵਟਸਐਪ ਤੋਂ ਸਾਨੂੰ ਮੈਸੇਜ ਕਰਨ ਅਤੇ ਅਸੀਂ ਉਹ ਜਿਹੜਾ ਉਹਨਾਂ ਨੂੰ ਐਡ ਕਰਕੇ ਅਤੇ ਸਾਰੀਆਂ ਖਬਰਾਂ ਉਹਨਾਂ ਨੂੰ ਭੇਜ ਦਿਆ ਕਰਾਂਗੇ ਜੀ। ਅਤੇ ਜੀ ਅੱਗੇ ਚੱਲਦੇ ਹਾਂ, ਜਿਸ ਤਰ੍ਹਾਂ ਆਪਾਂ ਜੋਧਪੁਰ ਦੀਆਂ ਖਬਰਾਂ ਆ, ਪਿੰਡ ਜੋਧਪੁਰ ਦੀਆਂ ਆਪਾਂ ਕਵਰ ਕਰਦੇ ਰਹੇ ਹਾਂ ਕਿ ਜਿੱਥੇ ਨਾਮ ਚਰਚਾ ਹੁੰਦੀ ਸੀਗੀ ਅਤੇ ਕਾਫੀ ਜਿਹੜੀ ਉੱਥੇ ਇੱਕ ਦੂਸਰੇ ਦੇ ਨਾਲ ਝੜਪਾਂ ਵੀ ਹੁੰਦੀਆਂ ਰਹੀਆਂ ਨਾਮ ਚਰਚਾ ਵਾਲਿਆਂ ਦੀਆਂ ਅਤੇ ਸਿੱਖਾਂ ਦੀਆਂ, ਉਸ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕੀਤੀ ਗਈ ਆ, ਉੱਥੇ ਅੱਗ ਲਾ ਦਿੱਤੀ ਗਈ ਆ ਜੀ ਉਹਨਾਂ ਨੂੰ। ਬਿਲਕੁਲ ਜੀ, ਇਹ ਦੇਖੋ ਜੇ ਤੁਸੀਂ ਓਵਰਆਲ ਸਾਰਾ ਦੇਖੋ ਤੇ ਹਾਲਾਤ ਜਿਹੜੇ ਉਹ ਜਿਹੀ ਬਣਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ, ਜਿਹੜੇ ਕਿਸੇ ਟਾਈਮ ਪੰਜਾਬ ਦੇ ਵਿੱਚ ਪਹਿਲਾਂ ਵੀ ਜਿਹੜੇ ਬਣੇ ਸੀਗੇ ਜੀ। ਤਰਨ ਤਾਰਨ ਤੋਂ 4 ਕੁ ਕਿਲੋਮੀਟਰ ਦੀ ਦੂਰੀ ਦੇ ਉੱਤੇ ਜੋਧਪੁਰ ਜਿਹੜਾ ਜੀ ਇਹ ਹੈ, ਇੱਥੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪਾਵਨ ਸਰੂਪ ਨੇ ਜੀ ਉਹ ਭੇਤ ਭਰੀ ਹਾਲਤ ਦੇ ਵਿੱਚ ਅਗਨ ਭੇਟ ਜਿਹੜੇ ਉਹ ਹੋਏ ਨੇ, ਤੇ ਪਿੰਡ ਦੇ ਵਿੱਚ ਸਥਿਤੀ ਜਿਹੜੀ ਆ ਜੀ ਬੜੀ ਤਣਾਅ ਵਾਲੀ ਬਣੀ ਹੋਈ ਆ। ਮਹੀਨਾ ਕੁ ਪਹਿਲਾਂ ਇਹ ਨੂਰ ਮੇਲੀਆਂ ਦੇ ਵੱਲੋਂ ਸਤਸੰਗ ਕਰਨ ਮੌਕੇ ਸਿੱਖ ਜਥੇਬੰਦੀਆਂ ਜਿਹੜੇ ਕਾਰਕੁਨ ਸੀ ਉਹਨਾਂ ਦੇ ਨਾਲ ਹਿੰਸਕ ਝੜਪਾਂ ਦੇ ਵਿੱਚ 20 ਦੇ ਕਰੀਬ ਲੋਕ ਜਿਹੜੇ ਉਹ ਜ਼ਖਮੀ ਹੋਏ ਸੀਗੇ। ਜਦੋਂ ਪਿੰਡ ਦੇ ਵਿੱਚ ਪਹਿਲਾਂ ਹੀ ਤਣਾਅ ਸੀਗਾ ਤੇ ਹੁਣ ਤਣਾਅ ਜਿਹੜਾ ਜੀ ਉਹ ਹੋਰ ਬਣ ਪਿਆ, ਔਰ ਕਈ ਜਿਹੜੀਆਂ ਜਥੇਬੰਦੀਆਂ ਨੇ ਉਹ ਪਿੰਡ ਦੇ ਵਿੱਚ ਉਹਨਾਂ ਦੇ ਕਾਰਕੁਨ ਜਿਹੜੇ ਉਹ ਪਹੁੰਚਣੇ ਸ਼ੁਰੂ ਹੋਏ ਨੇ, ਔਰ ਪੁਲਿਸ ਦੇ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਜਿਹੜੇ ਆ ਜੀ ਉਹ ਇੱਥੇ ਕੀਤੇ ਜਾ ਰਹੇ ਨੇ ਤਾਂ ਕਿ ਕੋਈ ਭੇੜ ਜਿਹੜਾ ਜੀ ਉਹ ਨਾ ਆਵੇ। ਜਿਹੜੇ ਨੂਰ ਮੇਲੀਏ ਨੇ ਜੀ ਉਹ ਵੀ ਇੱਥੇ ਇਕੱਠੇ ਹੋ ਰਹੇ ਨੇ ਪਿੰਡ ਦੇ ਵਿੱਚ, ਉਹ ਇਸ ਤਰ੍ਹਾਂ ਵੀ ਥੋੜਾ ਇਕੱਠੇ ਹੋ ਰਹੇ ਨੇ ਕਿ ਉਹਨਾਂ ਦੇ ਉੱਤੇ ਹਮਲਾ ਜਿਹੜਾ ਜੀ ਉਹ ਕਿਤੇ ਨਾ ਹੋ ਜਾਣ ਹਮਲੇ ਜੀ, ਇਸ ਤਰ੍ਹਾਂ ਉਹ ਜਿਹੜੇ ਇਸ ਜਗ੍ਹਾ ਦੇ ਉੱਤੇ ਇਕੱਠੇ ਹੋ ਰਹੇ ਨੇ। ਪੁਲਿਸ ਜਿਹੜੀ ਆ ਉਹ ਕਹਿੰਦੀ ਹੈ ਕਿ 24 ਘੰਟੇ ਨਿਗਾਹ ਜਿਹੜੀ ਆ ਜੀ ਉਹ ਰੱਖੀ ਜਾ ਰਹੀ ਹੈ ਇਸ ਜਗ੍ਹਾ ਦੇ ਉੱਤੇ। ਮੈਂ ਪਹਿਲਾਂ ਵੀ ਇਸ਼ਾਰਾ ਕੀਤਾ ਸੀਗਾ ਕਿ ਕਿਆ ਇਹ ਜ਼ਰੂਰ ਜਾ ਰਿਹਾ ਜਿਹੜਾ ਜੋਗੇਵਾਲਾ ਦੇ ਵਿੱਚ ਚਾਹੇ ਘਟਨਾ ਸੀ ਚਾਹੇ ਇੱਥੇ ਜੋਧਪੁਰ ਦੇ ਵਿੱਚ ਘਟਨਾ ਸੀਗੀ ਕਿ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਜੀ ਉਹਨਾਂ ਤੇ ਉੱਥੇ ਡੇਰਾ ਪ੍ਰੇਮੀਆਂ ਦੇ ਵਿਚਾਲੇ ਤੇ ਇੱਥੇ ਨੂਰ ਮੇਲੀਆਂ ਦੇ ਵਿਚਾਲੇ ਜਿਹੜਾ ਟਕਰਾਓ ਹੋਇਆ ਸੀਗਾ, ਇਹ ਕੁਛ ਉਹ ਲੋਕ ਨੇ ਜਿਹਨਾਂ ਨੂੰ ਪਛਾਣਨ ਦੀ ਜ਼ਰੂਰਤ ਹੈ, ਜਿਹੜੇ ਇਹ ਕਹਿੰਦੇ ਨੇ ਕਿ ਜੇ ਅਕਾਲੀ ਬੀਜੇਪੀ ਗੱਠਜੋੜ ਟੁੱਟਿਆ ਤੇ ਪੰਜਾਬ ਦੇ ਅਮਨ ਨੂੰ ਖਤਰਾ ਹੈ। ਜਿਉਂ ਜਿਉਂ ਜਿਹੜੀਆਂ ਨਿਗਮ ਚੋਣਾਂ ਆ ਰਹੀਆਂ ਨੇ ਨਾ ਜੀ ਨੇੜੇ, ਤਿਉਂ ਤਿਉਂ ਅਮਨ ਨੂੰ ਖਤਰਾ ਵੱਧਦਾ ਜਾ ਰਿਹਾ ਜੀ। ਇਹ ਬੜੇ ਨੇੜੇ ਤੋਂ ਪਛਾਣਨ ਦੀ ਲੋੜ ਹੈ ਕੁਛ ਸ਼ਰਾਰਤੀ ਅਨਸਰਾਂ ਨੂੰ, ਕਿਉਂਕਿ ਲੋਕ ਜਿਹੜੇ ਉਹ ਝੋਕੇ ਜਾਂਦੇ ਨੇ ਅਕਸਰ ਹੀ ਇਹੋ ਜਿਹੀਆਂ ਥਾਵਾਂ ਦੇ ਉੱਤੇ, ਔਰ ਉਹ ਲੋਕ ਜਿਹੜੇ ਨੇ ਉਹ ਮੌਤ ਦੇ ਮੂੰਹ ਜਾ ਪੈਂਦੇ ਨੇ ਜੀ, ਔਰ ਨੁਕਸਾਨ ਜਿਹੜਾ ਹੁੰਦਾ ਬਾਕੀ ਸਿਆਸੀ ਲੋਕਾਂ ਦਾ ਕਦੀ ਕੋਈ ਨੁਕਸਾਨ ਨਹੀਂ ਹੁੰਦਾ, ਇਹ ਪੰਜਾਬ ਦੇ ਲੋਕਾਂ ਦੇ ਵਾਸਤੇ ਬੜਾ ਗੰਭੀਰਤਾ ਵਾਲਾ ਮਸਲਾ ਹੈ। ਇਹਨੂੰ ਬੜਾ ਨੇੜੇ ਤੋਂ ਜਿਹੜਾ ਜੀ ਇਹਦੇ ਉੱਤੇ ਨਿਗਾਹ ਰੱਖਣ, ਵਾਚ ਰੱਖਣ ਕਿ ਦੁਬਾਰਾ ਕਿਤੇ ਪੰਜਾਬ ਦੇ ਵਿੱਚ ਇਹ ਅੱਗ ਲਾਉਣ ਵਾਲੇ ਜਿਹੜੇ ਅੰਤਰ ਨੇ ਉਹ ਫੇਰ ਅੱਗ ਨਾ ਲਾ ਦੇਣ।
ਬਿਲਕੁਲ ਜੀ, ਉਹ ਇੱਕ ਤਾਂ ਗੱਲ ਦੀ ਹੈਗੀ ਆ ਕਿ ਥੋੜਾ ਜਿਹਾ ਫਰਕ ਪੈ ਗਿਆ ਅੱਗੇ ਨਾਲੋਂ, ਕਿ ਲੋਕ ਆ ਉਹ ਜਾਗਰੂਕ ਹੋ ਗਏ। ਜਿਸ ਤਰ੍ਹਾਂ ਉਹ ਇੱਕ ਨੌਜਵਾਨ ਲੜਕਾ ਜਸਪਾਲ ਸਿੰਘ ਦੀ ਰਾਜੋਆਣਾ ਦੇ ਸਮੇਂ ਵੈਸੇ ਹੀ ਉਹਦੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਅਤੇ ਉਸ ਦੇ ਲਈ ਜਿਹੜੇ ਪੁਲਿਸ ਆਫਿਸਰ ਸੀਗੇ ਉਹਨਾਂ ਨੂੰ ਉਸੇ ਤਰ੍ਹਾਂ ਛੱਡ ਦਿੱਤਾ ਗਿਆ ਸੀ। ਲੋਕ ਮੇਰੇ ਖਿਆਲ ਦੇ ਵਿੱਚ ਜਿਹੜੇ ਉਹ ਪਹਿਲਾਂ ਨਾਲੋਂ ਸਿਆਣੇ ਹੋ ਗਏ, ਛਾਣਬੀਣ ਕਰਨਾ ਚਾਹੁੰਦੇ ਆ ਇਸ ਚੀਜ਼ ਦੀ। ਅਤੇ ਇੱਕ ਜੀ ਪੰਜਾਬ ਦੇ ਵਿੱਚ ਵੀ ਜਾਂ ਭਾਰਤ ਸਾਰੀ ਦੁਨੀਆ ਦੇ ਉੱਤੇ ਜਿਹੜੀਆਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਆ ਉਹ ਥੱਲੇ ਨੂੰ ਆ ਰਹੀਆਂ, ਕੀ ਜਿਹੜਾ ਪੰਜਾਬ ਆ ਉਹਨੂੰ ਜ਼ਿਆਦਾ ਮਾਲੀਆ ਘੱਟ ਰਿਹਾ ਹੈ ਉਸ ਦਾ? ਜੀ ਜਦੋਂ ਕੀਮਤਾਂ ਥੱਲੇ ਆਉਂਦੀਆਂ ਨੇ ਜੀ, ਫਿਰ ਉਹਦੇ ਜਿਹੜਾ ਵੈਟ ਲਾਇਆ ਹੋਇਆ ਨਾ ਜੀ, ਉਹ ਘੱਟ ਹੁੰਦਾ ਜੀ ਉਹਦੇ ਨਾਲ, ਕਿਉਂਕਿ ਉਹ ਪ੍ਰਾਈਸ ਦੇ ਨਾਲ ਜ਼ਿਆਦਾ ਜੀ, ਜਿੰਨੀ ਜ਼ਿਆਦਾ ਪ੍ਰਾਈਸ ਡੀਜ਼ਲ ਦੀ ਹੋਊਗੀ ਪੈਟਰੋਲ ਦੀ, ਉਹਨਾਂ ਜ਼ਿਆਦਾ ਵੈਟ ਜਿਹੜਾ ਜੀ ਉਹ ਦੇਣਾ ਪੈਂਦਾ। ਸੋ ਵੈਟ ਇਸ ਵੇਲੇ ਸਾਰੇ ਸੂਬਿਆਂ ਨਾਲੋਂ ਵੱਧ ਹੈ ਜੀ ਪੰਜਾਬ ਦੇ ਵਿੱਚ। ਡੀਜ਼ਲ ਪੈਟਰੋਲ ਦੇ ਰੇਟ ਜਿਹੜੇ ਨੇ ਉਹ ਹਰਿਆਣੇ ਨਾਲੋਂ ਵੱਧ ਨੇ, ਹਿਮਾਚਲ ਨਾਲੋਂ ਵੱਧ ਨੇ, ਚੰਡੀਗੜ੍ਹ ਨਾਲੋਂ ਵੱਧ ਨੇ। ਜਿਹੜੇ ਬਾਰਡਰ ਦੇ ਏਰੀਏ ਦੇ ਉੱਤੇ ਨੇ ਜੀ ਪੈਟਰੋਲ ਪੰਪ, ਬਾਰਡਰ ਇਨ ਦਾ ਸੈਂਸ ਜੀ ਜਿਹੜੇ ਹਰਿਆਣੇ ਦੇ ਬਾਰਡਰ ਦੇ ਉੱਤੇ ਨੇ, ਹਰਿਆਣੇ ਪੰਜਾਬ ਵਾਲੇ, ਹਿਮਾਚਲ ਪੰਜਾਬ ਵਾਲੇ ਜਾਂ ਚੰਡੀਗੜ੍ਹ ਦੇ ਨੇੜਲੇ, ਉਹਨਾਂ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਪੈਟਰੋਲ ਪੰਪਾਂ ਦੇ ਮਾਲਕਾਂ ਨੂੰ। ਲੋਕ ਜਿਹੜਾ ਜੀ ਪੈਟਰੋਲ ਉਹ ਪਵਾ ਰਹੇ ਨੇ ਦੂਜੇ ਬਾਹਰ ਜਿਹੜੇ ਉੱਥੋਂ ਜਾ ਕੇ ਨਾਲ ਲੱਗਵੇਂ ਏਰੀਆਜ਼ ਦੇ ਵਿੱਚੋਂ, ਸੋ ਉਹ ਵੀ ਮਾਲੀਆ ਘੱਟ ਰਿਹਾ, ਤੇ ਜਦੋਂ ਕੀਮਤ ਡਿੱਗੀ ਹੈ ਤੇ ਉਹ ਵੀ ਮਾਲੀਆ ਜਿਹੜਾ ਜੀ ਉਹ ਘੱਟ ਰਿਹਾ। ਬਹੁਤ ਵੱਡਾ ਜਿਹੜਾ ਜੀ ਖਜ਼ਾਨੇ ਨੂੰ ਰਗੜਾ ਇਸ ਵੇਲੇ ਲੱਗ ਰਿਹਾ ਪੰਜਾਬ ਦੇ ਨੂੰ, ਪਰ ਲੋਕਾਂ ਦੇ ਸਾਹ ਜਿਹੜੇ ਉਹ ਥੋੜੇ ਜਿਹੇ ਸੌਖੇ ਨੇ। ਸਰਕਾਰ ਜਿਹੜੀ ਹੈ ਜੀ ਉਹ ਕੀ ਕਰ ਰਹੀ ਆ, ਉਹ ਕਿਉਂਕਿ ਅਜੇ ਤੱਕ ਬੱਸਾਂ ਦੇ ਕਿਰਾਇਆਂ ਦੇ ਵਿੱਚ ਘਾਟਾ ਨਹੀਂ ਕੀਤਾ ਗਿਆ, ਉਹਨਾਂ ਦੇ ਰੇਟ ਨਹੀਂ ਘਟਾਏ ਗਏ, ਜਦੋਂ ਕਿ ਤੀਸਰੀ ਵਾਰੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਉਹ ਡਿੱਗ ਪਈਆਂ ਨੇ। ਜਿਹੜੀ ਸੱਤਾਧਾਰੀ ਧਿਰ ਹੈ ਜੀ ਉਹਦੀਆਂ ਬੱਸਾਂ ਬਹੁਤੀਆਂ ਨੇ, ਉਹ ਦੋ ਤਰੀਕੇ ਦੇ ਨਾਲ ਲੋਕਾਂ ਨੂੰ ਚਰੂੜ ਰਹੀ ਹੈ, ਲੋਕਾਂ ਦਾ ਲਹੂ ਪੀ ਰਹੀ ਹੈ ਜੀ। ਇੱਕ ਤਾਂ ਇਹ ਕਿ ਜਿਹੜੀਆਂ ਕੀਮਤਾਂ ਨੇ ਬੱਸਾਂ ਦੇ ਕਿਰਾਏ ਦੀਆਂ ਉਹ ਨਹੀਂ ਘਟਾਈਆਂ ਜਾ ਰਹੀਆਂ, ਉਧਰੋਂ ਉਹਨਾਂ ਦੇ ਖਜ਼ਾਨੇ 'ਚ ਪੈਸਾ, ਔਰ ਉਹ ਵੈਟ ਜਿਹੜਾ ਜੀ ਉਹਨੂੰ ਹੋਰ ਵਧਾ ਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਘਾਟਾ ਨਹੀਂ ਹੋਇਆ, ਵਾਧਾ ਹੈ, ਇਸ ਕਰਕੇ ਸਾਨੂੰ ਉਹ ਰੇਟ ਨਾ ਘਟਾਉਣਾ ਪਏ। ਤੇ ਉਧਰ ਉਹ ਖਜ਼ਾਨੇ ਦੇ ਵਿੱਚ ਜਿਹੜਾ ਜੀ ਉਹ ਰੌਣਕ ਲਾਈ ਰੱਖਣਾ ਚਾਹੁੰਦੀਆਂ ਨੇ, ਪਰ ਰੇਟ ਜਿਹੜੇ ਨੇ ਉਹ ਲਗਾਤਾਰ ਡਿੱਗ ਰਹੇ ਨੇ ਡੀਜ਼ਲ ਪੈਟਰੋਲ ਦੇ, ਕਿਉਂਕਿ ਇਹ ਕੋਈ ਅੱਛਾ, ਇਹ ਤਾਂ ਕਰੂਡ ਆਇਲ ਦੀਆਂ ਕੀਮਤਾਂ ਨੇ ਜਿਹੜੀਆਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਡਿੱਗੀਆਂ ਨੇ, ਸਗੋਂ ਭਾਰਤ ਦੇ ਵਿੱਚ ਤਾਂ ਇੰਨੇ ਰੇਟ ਘਟੇ ਹੀ ਨੀ ਜਿੰਨੇ ਘਟਣੇ ਚਾਹੀਦੇ ਸੀਗੇ। ਹਾਂਜੀ ਬਿਲਕੁਲ, ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਰੇਟ ਘੱਟ ਗਏ ਆ, ਆਲ ਓਵਰ ਦੁਨੀਆ ਦੇ ਉੱਤੇ ਜਿਹੜੇ ਭਾਅ ਆ ਇਹਦੇ ਘੱਟ ਗਏ ਆ, ਤੇ ਪਰ ਪੰਜਾਬ ਦੇ ਵਿੱਚ ਹੀ ਜਿਹੜਾ ਉੱਥੇ ਥੋੜੇ ਤੁਸੀਂ ਦੱਸਦੇ ਆ ਕਿ ਉੱਥੇ ਮਹਿੰਗੇ ਆ। ਅਤੇ ਮੇਰਾ ਆਖਰੀ ਕੁਐਸਚਨ ਹੋਊਗਾ ਜੀ, ਜਿਹੜੇ ਪਾਕਿਸਤਾਨ ਤੋਂ ਆ ਕੇ ਬਸੇ ਨੇ ਹਿੰਦੂ ਪਰਿਵਾਰ, ਉਹ ਵਾਪਸ ਨਹੀਂ ਜਾਣਾ ਚਾਹੁੰਦੇ ਪਰ ਭਾਰਤ ਦੇ ਵਿੱਚ ਉਹਨਾਂ ਨੂੰ ਨਾਗਰਿਕਤਾ ਨਹੀਂ ਮਿਲ ਰਹੀ ਜੀ। ਉੱਥੇ ਇਹ ਕਹਿੰਦੇ ਨੇ ਕਿ ਸਾਡਾ ਉੱਥੇ ਜੀਣਾ ਜਿਹੜਾ ਉਹ ਦੁੱਭਰ ਆ, ਅਸੀਂ ਉੱਥੇ ਨਹੀਂ ਜਾਣਾ ਚਾਹੁੰਦੇ ਜੀ। 25-30 ਸਾਲਾਂ ਤੋਂ ਪਾਕਿਸਤਾਨ ਤੋਂ ਆ ਕੇ ਭਾਰਤ ਦੇ ਵਿੱਚ ਰਹਿ ਰਹੇ ਜਿਹੜੇ ਹਿੰਦੂ ਪਰਿਵਾਰ ਨੇ, ਉਹਨਾਂ ਨੇ ਇੱਥੋਂ ਦੀ ਨਾਗਰਿਕਤਾ ਨਾ ਮਿਲਣ ਦੇ ਬਾਵਜੂਦ ਕਿਹਾ ਕਿ ਉਹਨਾਂ ਨੂੰ ਭਾਵੇਂ ਗੋਲੀ ਮਾਰ ਦਿਓ ਪਰ ਉਹ ਕਦੀ ਮੁੜ ਕੇ ਪਾਕਿਸਤਾਨ ਜਿਹੜਾ ਉਹ ਨਹੀਂ ਜਾਣਗੇ ਜੀ। ਜਿਹੜੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਵਿੱਚ ਉਹਨਾਂ ਨੇ ਇੱਥੋਂ ਦੀ ਨਾਗਰਿਕਤਾ ਜਿਹੜੀ ਉਹ ਲੈਣ ਦੇ ਵਾਸਤੇ ਜਿਹੜਾ ਸਾਰੇ ਦੇ ਸਾਰੇ ਇਕੱਠੇ ਹੋਏ ਜੀ, ਔਰ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਬਹੁਤ ਸੰਤਾਪ ਉੱਥੇ ਭੋਗਿਆ, ਕੱਟੜਵਾਦੀ ਜਿਹੜੇ ਨੇ ਜੀ ਉਹਨਾਂ ਨੂੰ ਹਿੰਦੂ ਧਰਮ ਜਿਹੜਾ ਛੱਡ ਕੇ ਮੁਸਲਿਮ ਧਰਮ ਅਪਣਾਉਣ ਦੇ ਵਾਸਤੇ ਮਜਬੂਰ ਜਿਹੜਾ ਉਹ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਇੱਥੇ ਇਹਨਾਂ ਨੂੰ ਜਿਹੜੀਆਂ ਰਾਸ਼ਨ ਕਾਰਡ ਜਿਹੜੇ ਨਾ ਬਣ ਰਹੇ ਨੇ, ਨਾ ਆਧਾਰ ਕਾਰਡ, ਕਿਉਂਕਿ ਉਹਨਾਂ ਕੋਲ ਨਾਗਰਿਕਤਾ ਨਹੀਂ ਹੈਗੀ, ਕੋਈ ਬੱਚਿਆਂ ਨੂੰ ਨੌਕਰੀ ਜਿਹੜੀ ਸਰਕਾਰੀ ਆ ਉਹ ਨਹੀਂ ਮਿਲ ਰਹੀ। ਜਲੰਧਰ ਦੇ ਭਾਰਗੋ ਕੈਂਪ ਦੇ ਇਲਾਕੇ ਦੇ ਵਿੱਚ 200 ਦੇ ਕਰੀਬ ਹਿੰਦੂ ਪਰਿਵਾਰ ਨੇ ਜੀ ਜਿਹੜੇ ਪਾਕਿਸਤਾਨ ਵਿਚਲਾ ਆਪਣਾ ਘਰ ਬਾਰ ਛੱਡ ਕੇ ਇੱਥੇ ਬੈਠੇ ਨੇ। ਮੈਂ ਇਹ ਵੀ ਦੱਸਦਾ ਕਿ ਦਿੱਲੀ ਦੇ ਵਿੱਚ ਹੀ ਕੁਛ ਸਿੱਖ ਪਰਿਵਾਰ ਨੇ ਜਿਹੜੇ ਬੈਠੇ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਆ ਕੇ ਪਾਕਿਸਤਾਨ ਤੋਂ, ਉਹ ਤਾਂ ਵਿਚਾਰੇ ਟੁੱਟੇ ਪਾਟੇ ਹੋਏ ਤੰਬੂਆਂ ਦੇ ਵਿੱਚ ਜਿਹੜਾ ਜੀ ਉਹ ਰਹਿ ਰਹੇ ਨੇ, ਰੇਹੜੀਆਂ ਰੂੜੀਆਂ ਸਬਜ਼ੀਆਂ ਦੀਆਂ ਜਿਹੜੀਆਂ ਨਾ ਜੀ ਉਹ ਲਾ ਕੇ ਗੁਜ਼ਾਰਾ ਆਪਣਾ ਜਿਹੜਾ ਜੀ ਉਹ ਕਰਦੇ ਨੇ ਉਹ ਲੋਕ। ਸੋ ਜਿਹੜਾ ਉਹਨਾਂ ਦੀ ਵੀ ਕੋਈ ਬਾਂਹ ਜਿਹੜੀ ਆ ਉਹ ਨਹੀਂ ਫੜ ਰਿਹਾ, ਉਹ ਵੀ ਕਹਿੰਦੇ ਨੇ ਕਿ ਅਸੀਂ ਵਾਪਸ ਨਹੀਂ ਜਾਣਾ ਜੀ, ਅਸੀਂ ਉੱਥੇ ਜਾ ਕੇ ਮਰਨਾ ਨਹੀਂ ਚਾਹੁੰਦੇ ਜੀ ਦੁਬਾਰਾ। ਜਿਹੜਾ ਪਾਕਿਸਤਾਨ ਤੋਂ ਆਏ ਹੋਏ ਹਿੰਦੂ ਪੰਜਾਬ ਦੇ ਵਿੱਚ ਔਰ ਸਿੱਖ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਕੁਛ ਬੈਠੇ ਨੇ ਜੀ, ਉਹ ਇਹ ਕਹਿ ਰਹੇ ਨੇ ਕਿ ਅਸੀਂ ਵਾਪਸ ਨਹੀਂ ਜਾਣਾ ਚਾਹੇ ਕੁਛ ਵੀ ਹੋ ਜੇ। ਇਹ ਜਲੰਧਰ ਵਾਲੇ ਤਾਂ ਫਿਰ ਵੀ ਅਜੇ ਠੀਕ ਜਿਹੜਾ ਜੀ ਗੁਜ਼ਾਰਾ ਵਗੈਰਾ ਇਹਨਾਂ ਦਾ ਹੋਈ ਜਾਂਦਾ ਕੰਮ ਕੁੰਮ, ਪਰ ਜਿਹੜੇ ਦਿੱਲੀ ਦੇ ਵਿੱਚ ਬੈਠੇ ਸਿੱਖ ਪਰਿਵਾਰ ਨੇ ਜੀ ਉਹ ਬਹੁਤ ਮੰਦੇ ਹਾਲੀ ਨੇ ਜੀ। ਉਹਨਾਂ ਦੇ ਨਿਆਣੇ 6-6-7-7 ਨਿਆਣੇ ਦੇ ਜੀ, ਉਹ ਕਹਿੰਦੇ ਕੁੜੀਆਂ ਜਿਹੜੀਆਂ ਉਹਨਾਂ ਦੀਆਂ ਅਨਸੁਰੱਖਿਅਤ ਨੇ, ਇਸ ਕਰਕੇ ਉੱਥੇ ਨਹੀਂ ਜਾਣਾ ਜੀ। ਜੀ ਅਤੇ ਜੀ ਅਖੀਰ ਦੇ ਵਿੱਚ ਅੱਜ ਨਾਮਾ ਹੋਊਗਾ ਤੇ ਸਰੋਤੇ ਇੱਕ ਵਾਰੀ ਫਿਰ ਦੱਸ ਦਈਏ ਕਿ
जो भारत दे विच जो खबरां नहीं सी सुन सकदे कि उत्थे भारत पंजाब दे विच ही उहनां दे नाल की हो रहा है। जे तुसी चाहुंदे आ कि उह वी नाल जुड़न ते उहनां नूं इह नंबर तुसी दे दिओ 408-717-3222 408-717-3222 ਉਹ ਵਟਸਐਪ 'ਤੇ ਇਸ ਨੂੰ ਐਡ ਕਰ ਲੈਣ ਅਤੇ ਵਟਸਐਪ ਤੋਂ ਹੀ ਸਾਨੂੰ ਉਹ ਮੈਸੇਜ ਕਰ ਦੇਣ ਅਤੇ ਅਸੀਂ ਉਹਨਾਂ ਨੂੰ ਖਬਰਾਂ ਜੋ ਵੀ ਸਾਡੇ ਕੋਲ ਅਪਡੇਟ ਹੁੰਦਾ ਆ ਉਹ ਉਹਨਾਂ ਨੂੰ ਭੇਜ ਦਿਆ ਕਰਾਂਗੇ ਅਤੇ ਆਪਣਾ ਨਾਮ ਵੀ ਜ਼ਰੂਰ ਭੇਜ ਦੇਣ ਅਤੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਤਾਂ ਪੰਨੂ ਜੀ ਅਖੀਰ ਦੇ ਵਿੱਚ ਅੱਜ ਨਵਾਂ ਕਿ ਲਾਓ ਲੋਕਾਂ ਨੂੰ ਰੁੱਖ ਸਰਕਾਰ ਕਹਿੰਦੀ ਲੈ ਜਾਓ ਬੂਟੇ ਤੇ ਨਾਲ ਗ੍ਰਾਂਟ ਮੀਆਂ ਲਾਓ ਲੋਕਾਂ ਨੂੰ ਰੁੱਖ ਸਰਕਾਰ ਕਹਿੰਦੀ ਲੈ ਜਾਓ ਬੂਟੇ ਤੇ ਨਾਲ ਗ੍ਰਾਂਟ ਮੀਆਂ ਪਹੁੰਚ ਵਾਲੇ ਨੂੰ ਰਕਮ ਦਾ ਮਿਲੇ ਗੱਫਾ ਹੋਈ ਬਾਕੀਆਂ ਦੀ ਜਾਂਦੀ ਛਾਂਟ ਮੀਆਂ ਸਭ ਸਿਟੀ ਲਈ ਹੱਕ ਜਦ ਮਿਲਣ ਲੱਗੇ ਹੁੰਦੀ ਉਸ ਦੀ ਵੀ ਬਾਂਦਰ ਬਾਂਟ ਮੀਆਂ ਮਾੜਾ ਬੰਦਾ ਜੇ ਟਹਿਣੀ ਵੀ ਤੋੜ ਬੈਠਾ ਅੱਠ ਅਫਸਰਾਂ ਦੀ ਪੈਂਦੀ ਡਾਂਟ ਮੀਆਂ ਅੱਧੀ ਰਾਤ ਨੂੰ ਨਹਿਰਾਂ ਦੇ ਕੰਢਿਆਂ ਤੋਂ ਵੱਢਣ ਆਗੂਆਂ ਦੇ ਕਾਮੇ ਰੁੱਖ ਮੀਆਂ ਅੱਧੀ ਰਾਤ ਨੂੰ ਨਹਿਰਾਂ ਦੇ ਕੰਢਿਆਂ ਤੋਂ ਵੱਢਣ ਆਗੂਆਂ ਦੇ ਕਾਮੇ ਰੁੱਖ ਮੀਆਂ ਰੁੱਖ ਚਬਲੇ ਰਾਜਸੀ ਆਗੂਆਂ ਹੀ ਮਿੱਟੀ ਅਜੇ ਨਾ ਉਹਨਾਂ ਦੀ ਭੁੱਖ ਮੀਆਂ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ ਜੀ ਸ੍ਰੀ ਅਕਾਲ